ਜਸਟਰੀ ਦੇਖ ਰਹੇ ਤੁਸੀਂ, ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ। ਕਰੋਨਾ ਵਾਇਰਸ COVID-19 ਇਹਨਾਂ ਨਾਵਾਂ ਦੇ ਨਾਲ ਤੁਹਾਨੂੰ ਸਭ ਨੂੰ ਸਾਨੂੰ ਸਭ ਨੂੰ ਡਰਾਇਆ ਜਾ ਰਿਹਾ, ਇੱਕ ਦਹਿਸ਼ਤ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦਹਿਸ਼ਤ ਨਹੀਂ ਹੈ, ਸਾਵਧਾਨੀ ਵਰਤਣੀ ਜ਼ਰੂਰੀ ਹੈਗੀ ਹੈ। ਸਾਵਧਾਨੀ ਕਿਹਨ ਤੋਂ ਵਰਤਣੀ ਹੈ, ਇਹ ਸਵਾਲ ਆਪਣੇ ਆਪ ਵਿੱਚ ਬਹੁਤ ਵੱਡਾ। ਸਾਵਧਾਨੀ ਤੁਸੀਂ ਉਹਨਾਂ ਤੋਂ ਹੀ ਵਰਤਣੀ ਹੈ ਜਿਨ੍ਹਾਂ ਨੂੰ ਖਾਂਸੀ ਜ਼ੁਕਾਮ ਦੀ ਸ਼ਿਕਾਇਤ ਹੈਗੀ ਹੈ, ਜਿਹਨਾਂ ਨੂੰ ਬੁਖਾਰ ਦੀ ਸ਼ਿਕਾਇਤ ਹੈਗੀ ਹੈ। ਸਾਵਧਾਨੀ ਉਹਨਾਂ ਤੋਂ ਹੀ ਵਰਤਣੀ ਹੈ ਜਿਹੜੇ ਇਸ ਮੁੱਦੇ 'ਤੇ ਫਾਲਤੂ ਦੀ ਸਿਆਸਤ ਕਰਦੇ ਆ। ਸਾਵਧਾਨੀ ਉਹਨਾਂ ਤੋਂ ਹੀ ਵਰਤਣੀ ਹੈ ਜਿਹੜੇ ਇਸ ਮੁੱਦੇ 'ਤੇ ਫਾਲਤੂ ਦੀ ਬਿਆਨਬਾਜ਼ੀ ਕਰ ਰਹੇ ਆ। ਸਾਵਧਾਨੀ ਸਾਰਿਆਂ ਤੋਂ ਵਰਤਣੀ ਹੈ, ਪਰ ਇਹ ਸਭ ਦੇ ਵਿਚਾਲੇ ਕੁਝ ਚੀਜ਼ਾਂ ਠੱਪ ਹੋ ਰਹੀਆਂ ਅਤੇ ਕੁਝ ਚੀਜ਼ਾਂ ਅਪ ਹੋ ਰਹੀਆਂ। ਇਸੇ ਕਰਕੇ ਸਾਨੂੰ ਡਿਬੇਟ ਕਰਨੀ ਪੈ ਰਹੀ ਹੈ, ਕਿਉਂਕਿ ਸਾਡਾ ਮਕਸਦ ਤੁਹਾਨੂੰ ਡਰਾਉਣਾ ਨਹੀਂ, ਤੁਹਾਨੂੰ ਅਵੇਅਰ ਕਰਨਾ, ਤੁਹਾਨੂੰ ਜਾਗਰੂਕ ਕਰਨਾ। ਇਸ ਕਰਕੇ ਅਸੀਂ ਸਵਾਲ ਪੁੱਛਾਂਗੇ, ਕਰੋਨਾ ਵਾਇਰਸ ਕੀ ਠੱਪ ਕੀ ਅਪ? ਜਦੋਂ ਕਹਿੰਦੇ ਕੋਈ ਵੱਡੀ ਬਿਮਾਰੀ ਹੋ ਜਾਵੇ, ਕੋਈ ਵੱਡਾ ਵਾਇਰਸ ਹੁੰਦਾ, ਤਾਂ ਇੱਕ ਵੱਡੇ ਆਪਰੇਸ਼ਨ ਦੀ ਲੋੜ ਪੈਂਦੀ ਹੈਗੀ ਹੈ। ਅਤੇ ਇਸ ਕਰਕੇ ਅਸੀਂ ਸਵਾਲ ਵੱਡਾ ਪੁੱਛ ਰਹੇ ਹਾਂ, ਅਸੀਂ ਵੱਡਾ ਸਵਾਲ ਇਹ ਪੁੱਛ ਰਹੇ ਹਾਂ ਇਸ ਡਿਬੇਟ ਦੇ ਵਿੱਚ, ਕਰੋਨਾ ਵਾਇਰਸ ਦੀ ਦਹਿਸ਼ਤ ਦੇ ਖਾਤਮੇ ਲਈ ਕਿਹੜੇ ਆਪਰੇਸ਼ਨ ਦੀ ਲੋੜ ਹੈ। ਅਤੇ ਪੈਨਲ ਸਾਡਾ ਮੌਜੂਦ ਹੈਗਾ, ਉਹਨੂੰ ਤੁਹਾਡਾ ਤਾਰਫ ਕਰਾ ਰਿਹਾ। ਇਹ ਪੈਨਲ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਸਵਾਲ ਦਾ ਜਵਾਬ ਉਹਨਾਂ ਕੋਲ ਕੀ ਹੈਗਾ। ਡਾਕਟਰ ਦੀਪਕ ਅਗਰਵਾਲ, ਇਹ ਪਲਮਨਰੀ ਮੈਡੀਸਨ ਦੇ ਮਾਹਰ ਨੇ, ਯਾਨੀ ਕਿ ਛਾਤੀ ਦੇ ਰੋਗਾਂ ਦੇ ਮਾਹਰ ਨੇ। ਗੁਰਦਾ, ਫੇਫੜਾ, ਜਿਹੜਾ ਜਿਹਨਾਂ ਨੁਕਸਾਨ ਹੁੰਦਾ, ਉਹ ਸਾਰੀਆਂ ਚੀਜ਼ਾਂ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਕਰੋਨਾ ਵਾਇਰਸ ਦੇ ਨਾਲ ਉਹਨਾਂ 'ਤੇ ਕੀ ਅਸਰ ਹੁੰਦਾ। ਡਾਕਟਰ ਦੀਪਕ ਅਗਰਵਾਲ, ਤੁਹਾਡਾ ਬਹੁਤ ਸਵਾਗਤ ਹੈ। ਡਾਕਟਰ ਰਮਨੀਕ ਸਿੰਘ ਬੇਦੀ, ਇਹ ਪੀਡੀਟੀਸ਼ੀਅਨ ਨੇ, ਬੱਚਿਆਂ ਦੇ ਰੋਗਾਂ ਦੇ ਮਾਹਰ ਨੇ, ਬੱਚਿਆਂ ਦੀ ਨਬਜ਼ ਨੂੰ ਚੰਗੀ ਤਰ੍ਹਾਂ ਸਮਝਦੇ ਆ, ਬਜ਼ੁਰਗਾਂ ਦੀ ਨਬਜ਼ ਨੂੰ ਚੰਗੀ ਤਰ੍ਹਾਂ ਸਮਝਦੇ ਆ। ਅਤੇ ਇਹਨਾਂ ਨੂੰ ਇਸ ਕਰਕੇ ਸੱਦਿਆ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਨੈਸ਼ਨਲ ਵਾਈਸ ਪ੍ਰੈਜੀਡੈਂਟ ਵੀ ਨੇ, ਅਤੇ ਇਹਨਾਂ ਨੂੰ ਜਿਹੜੀਆਂ ਸੰਸਥਾਵਾਂ ਹੈਗੀਆਂ ਉਹਨਾਂ ਦੇ ਕੰਮ ਕਰਨ ਦੇ ਤੌਰ ਤਰੀਕੇ ਬਾਰੇ ਵੀ ਪਤਾ ਹੈਗਾ। ਅਤੇ ਜਿਸ ਤਰੀਕੇ ਨਾਲ ਬੱਚਿਆਂ ਦੀ ਇਮਿਊਨਿਟੀ ਹੁੰਦੀ ਹੈ ਅਤੇ ਬਜ਼ੁਰਗਾਂ ਦੀ ਇਮਿਊਨਿਟੀ ਹੁੰਦੀ ਹੈ, ਉਹ ਇਹਨਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਉਹਨਾਂ 'ਤੇ ਅੱਜ ਤੱਕ ਕੀ ਅਸਰ ਹੋਵੇਗਾ। ਬੇਦੀ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ। ਡਾਕਟਰ ਰਾਜੀਵ ਖੋਸਲਾ, ਇਕੋਨਮਿਸਟ ਨੇ, ਅਰਥਚਾਰਾ ਹਿੱਲਿਆ ਪਿਆ, ਪੂਰੇ ਦੁਨੀਆ ਭਰ ਦੇ ਵਿੱਚ ਅਰਥਚਾਰਾ ਹਿੱਲਿਆ ਹੋਇਆ, ਤਕਰੀਬਨ 124 ਦੇਸ਼ਾਂ ਦੇ ਵਿੱਚ ਇਹ ਕਰੋਨਾ ਵਾਇਰਸ ਮਾਰ ਕਰ ਚੁੱਕਿਆ, ਅਤੇ ਉਡਾਨਾਂ ਠੱਪ ਪਈਆਂ ਨੇ, ਅਤੇ ਇੱਕ ਦੂਜੇ ਨੂੰ ਮਿਲਣੋਂ ਵੀ ਸਾਰੇ ਗਏ ਆ, ਸ਼ੇਅਰ ਬਾਜ਼ਾਰ ਮੁੱਦੇ ਮੂੰਹ ਟਿੱਕੇ ਪਏ ਆ। ਇਸ ਕਰਕੇ ਇਹਨਾਂ ਨੂੰ ਸੱਦਿਆ। ਡਾਕਟਰ ਖੋਸਲਾ, ਤੁਹਾਡਾ ਬਹੁਤ ਸਵਾਗਤ ਹੈ। ਪ੍ਰੋਫੈਸਰ ਮਨਜੀਤ ਸਿੰਘ, ਪੋਲੀਟੀਕਲ ਐਨਲਿਸਟ, ਵੈਸੇ ਸਵਾਲ ਇਹ ਮੇਰੇ ਤੋਂ ਹੀ ਪੁੱਛਿਆ ਜਾਵੇਗਾ, ਪੋਲੀਟੀਕਲ ਐਨਲਿਸਟ ਨੂੰ ਕਿਉਂ ਸੱਦ ਲਿਆ? ਇਹਨਾਂ ਨੂੰ ਇਸ ਕਰਕੇ ਸੱਦ ਲਿਆ ਕਿਉਂਕਿ ਕਈ ਕਹਿ ਰਹੇ ਆ ਕਰੋਨਾ ਦੇ ਬਹਾਨੇ ਕੋਈ ਨਿਸ਼ਾਨੇ ਸਾਧ ਰਿਹਾ ਹੈਗਾ, ਅਤੇ US ਅਤੇ ਚਾਈਨਾ ਦੇ ਵਿਚਾਲੇ ਇਹੋ ਜਿਹੀ ਬਿਆਨਬਾਜ਼ੀ ਸ਼ੁਰੂ ਹੋ ਜਾਵੇ, ਅਤੇ ਫਿਰ ਜਦੋਂ ਵੁਹਾਨ ਵਾਇਰਸ ਦਾ ਜ਼ਿਕਰ ਹੋ ਜਾਵੇ ਤਾਂ ਫਿਰ ਪੋਲੀਟੀਕਲ ਐਨਲਿਸਟ ਨੂੰ ਸੱਦਣਾ ਜ਼ਰੂਰੀ ਹੋ ਜਾਂਦਾ। ਕਿਉਂਕਿ ਪ੍ਰੋਫੈਸਰ ਮਨਜੀਤ ਸਿੰਘ ਨੂੰ ਸੱਦਿਆ। ਪ੍ਰੋਫੈਸਰ ਮਨਜੀਤ ਸਿੰਘ, ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਡਾਕਟਰ ਦੀਪਕ ਅਗਰਵਾਲ ਤੁਹਾਨੂੰ ਕਰਨਾ ਚਾਹੂੰਗਾ। ਡਾਕਟਰ ਦੀਪਕ ਅਗਰਵਾਲ, ਕਰੋਨਾ ਵਾਇਰਸ ਦੇ ਬਾਰੇ ਪਹਿਲਾਂ ਤਾਂ ਅਸੀਂ ਸਾਰਿਆਂ ਨੂੰ ਡਰਾਇਆ, ਹੁਣ ਅਸੀਂ ਸਮਝਾਉਣ ਵਿੱਚ ਲੱਗੇ ਹੋਏ ਹਾਂ, ਅਸਲ ਵਿੱਚ ਕਰੋਨਾ ਵਾਇਰਸ ਤੋਂ ਡਰਨਾ ਚਾਹੀਦਾ? ਮੇਰਾ ਸਵਾਲ ਇਸ ਕਰਕੇ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਵਾਇਰਸ ਆਏ, ਕਈਆਂ ਦੇ ਨਾਲ ਸਾਨੂੰ ਨੁਕਸਾਨ ਹੋਇਆ, ਬਹੁਤ ਵੱਡੇ ਪੱਧਰ ਨੁਕਸਾਨ ਹੋਇਆ, ਪਰ ਹਜੇ ਵੀ ਸਾਡੇ ਮੁਲਕ ਦੇ ਵਿੱਚ, ਸਾਡੀ ਦੁਨੀਆ ਦੇ ਵਿੱਚ ਇਹੋ ਜਿਹੀਆਂ ਬਿਮਾਰੀਆਂ ਪਈਆਂ ਜਿਨ੍ਹਾਂ ਦਾ ਮੌਤ ਦਰ ਦਾ ਅੰਕੜਾ, ਜਿਨ੍ਹਾਂ ਦਾ ਅਸਰ ਦਰ ਦਾ ਅੰਕੜਾ ਇਸ ਤੋਂ ਕਿਤੇ ਜ਼ਿਆਦਾ ਹੈਗਾ, ਪਰ ਕਰੋਨਾ ਦੇ ਬਹਾਨੇ ਸਾਨੂੰ ਬਹੁਤ ਡਰਾਇਆ ਜਾ ਰਿਹਾ। ਡਾਕਟਰ ਦੀਪਕ ਅਗਰਵਾਲ, ਤੁਹਾਡਾ ਕੁਐਸਚਨ ਬਿਲਕੁਲ ਢੁਕਵਾਂ ਹੈ ਅੱਜ ਦੇ ਕੇਸ ਦੇ ਵਿੱਚ, ਬਿਕੋਜ਼ ਕੋਰੋਨਾ ਵਾਇਰਸ ਜਿਹੜਾ ਹੈਗਾ ਉਹ ਇੱਕ ਜ਼ੁਕਾਮ ਹੈ ਜਿਹੜਾ ਕਿ ਕਿਸੇ ਵੀ ਬੰਦੇ ਨੂੰ ਪਹਿਲਾਂ ਵੀ ਹੁੰਦਾ ਰਿਹਾ, ਅੱਜ ਵੀ ਹੁੰਦਾ, ਅੱਗੇ ਵੀ ਹੁੰਦਾ ਰਹੇਗਾ। ਕੋਰੋਨਾ ਵਾਇਰਸ ਪਹਿਲਾਂ ਵੀ ਸਾਡੇ ਸਿਰਫ ਇੰਡੀਆ 'ਚ ਨਹੀਂ, ਕਾਫੀ ਮੁਲਕਾਂ ਦੇ ਵਿੱਚ ਇਹਨੇ ਕਾਫੀ ਇਨਫੈਕਸ਼ਨ ਕੀਤੇ ਹੈ, ਜਿਵੇਂ ਕਿ ਸਾਰਸ ਵਾਇਰਸ ਤੁਸੀਂ ਸੁਣਿਆ ਹੋਵੇਗਾ ਜੀ, ਮਰਸ ਵਾਇਰਸ ਹੋਇਆ ਸੀ, ਉਹਨੇ ਵੀ ਕਾਫੀ ਇੱਕ ਤਰ੍ਹਾਂ ਦਾ ਫੈਲਿਆ ਸੀ ਕਾਫੀ ਕੰਟਰੀਜ਼ ਦੇ ਵਿੱਚ। ਉਸੇ ਤਰ੍ਹਾਂ ਇਹ ਕੋਰੋਨਾ ਦੀ ਇੱਕ ਕਿਸਮ ਹੈਗੀ ਜਿਹੜੀ ਮੀਟ, ਮਤਲਬ ਜਿਹੜੀ ਨਵੀਂ ਆਈ ਹੈ, ਜਿਹਦੇ ਬਾਰੇ ਸਾਨੂੰ ਜ਼ਿਆਦਾ ਨਹੀਂ ਸੀ ਪਤਾ। ਇਹ ਵੀ ਇੱਕ ਤਰ੍ਹਾਂ ਦਾ ਜ਼ੁਕਾਮ ਹੈ, ਗਲਾ ਖਰਾਬ ਹੈ, ਖਾਂਸੀ ਹੈ, ਬੁਖਾਰ ਹੈ, ਜਿਹੜਾ ਇੱਕ ਆਮ ਜ਼ੁਕਾਮ ਦੀ ਤਰ੍ਹਾਂ ਪ੍ਰੈਜੈਂਟ ਕਰਦਾ। ਜ਼ਿਆਦਾਤਰ 80 ਤੋਂ ਵੱਧ % ਪੇਸ਼ੈਂਟਸ ਦੇ ਵਿੱਚ ਇਹ ਬਿਨਾਂ ਕਿਸੇ ਕੰਪਲੀਕੇਸ਼ਨ ਦੇ ਠੀਕ ਹੋ ਜਾਂਦਾ ਹੈਗਾ, ਜਿਹਦੇ ਵਿੱਚ ਕੋਈ ਵੀ ਡਰਨ ਵਾਲੀ ਗੱਲ ਨਹੀਂ ਹੈ। ਨੋਰਮਲ ਪ੍ਰੀਕੋਸ਼ਨਸ ਲੈਣੀ ਹੈ ਜਿਵੇਂ ਆਪਾਂ ਜ਼ੁਕਾਮ 'ਚ ਲੈਂਦੇ ਹਾਂ, ਉਸੇ ਤਰ੍ਹਾਂ ਦੀਆਂ ਦਵਾਈਆਂ ਲੈਣੀਆਂ ਜਿਵੇਂ ਆਪਾਂ ਜ਼ੁਕਾਮ ਨੂੰ ਕੰਟਰੋਲ ਕਰਨ 'ਚ ਲੈਂਦੇ ਹਾਂ। ਇਹਦਾ ਕੋਈ ਕਲੀਅਰ ਕੱਟ ਟ੍ਰੀਟਮੈਂਟ ਨਹੀਂ ਹੈ, ਬਟ ਕਿਉਂਕਿ ਜ਼ਿਆਦਾਤਰ ਵਾਇਰਲ ਇਲਨੈਸਿਸ ਜਿਹੜੀਆਂ ਸੈਲਫ ਲਿਮਿਟਿੰਗ ਹੁੰਦੀਆਂ, ਵਿਦ ਟਾਈਮ ਆਪਣੇ ਆਪ ਠੀਕ ਹੋ ਜਾਂਦੀਆਂ। ਤੁਹਾਨੂੰ ਕੋਈ ਗਾਈਡਲਾਈਨਸ ਦਿੱਤੀਆਂ, ਕਿਉਂਕਿ ਤੁਸੀਂ ਸਰਕਾਰੀ ਹਸਪਤਾਲ ਦੇ ਵਿੱਚ ਨੌਕਰੀ ਕਰਦੇ ਪਏ ਹੋ, ਤੁਹਾਨੂੰ ਕੋਈ ਗਾਈਡਲਾਈਨਸ ਦਿੱਤੀਆਂ ਸਰਕਾਰ ਨੇ ਵੀ ਤੁਸੀਂ ਇਸ ਤਰੀਕੇ ਨਾਲ ਟ੍ਰੀਟ ਕਰਨਾ? ਇਹ ਗਾਈਡਲਾਈਨਸ ਮਿਨਿਸਟਰੀ ਆਫ ਹੈਲਥ ਵੱਲੋਂ ਟਾਈਮ ਬਾਈ ਟਾਈਮ ਵੈਬਸਾਈਟ 'ਤੇ ਵੀ ਅਤੇ ਸਾਡੇ ਹੋਸਪਿਟਲ ਦੇ ਵਿੱਚ ਵੀ ਸਭ ਜਗ੍ਹਾ 'ਤੇ ਇਹਨੂੰ ਦਿੱਤਾ ਜਾ ਰਿਹਾ, ਅਤੇ ਆਪਾਂ ਉਹਦੇ ਅਕੋਰਡਿੰਗਲੀ ਹੀ ਅਸੀਂ ਪੇਸ਼ੈਂਟਸ ਨੂੰ, ਜਿਹੜੇ ਸਸਪੈਕਟਿਡ ਪੇਸ਼ੈਂਟਸ ਆ ਰਹੇ ਆ, ਉਹਨਾਂ ਨੂੰ ਮੈਨੇਜ ਕਰ ਰਹੇ ਹਾਂ। ਪਹਿਲੀ ਵਾਰੀ ਤੁਸੀਂ ਸੁਣਿਆ ਸੀਗਾ, ਤੁਹਾਨੂੰ ਕੀ ਲੱਗਿਆ ਸੀ ਉਹ ਕੋਰੋਨਾ ਹੈ ਕੀ ਹੈ? ਕਿਉਂਕਿ ਤੁਸੀਂ ਇਸ ਫੀਲਡ ਵਿੱਚੋਂ, ਤੁਸੀਂ ਸ਼ਾਇਦ ਤੁਸੀਂ ਵੀ ਸ਼ਾਇਦ ਸਭ ਨੂੰ ਪਹਿਲੀ ਵਾਰੀ ਸੁਣਿਆ ਹੋਊਗਾ। ਦੇਖੋ ਇਸ ਚੀਜ਼ ਦਾ ਇਹ ਬੇਸਿਕਲੀ ਹੈ, ਤਾਂ ਦੇਖੋ ਬਿਮਾਰੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇਹ ਇੱਕ ਜ਼ੁਕਾਮ ਹੈਗਾ, ਅਤੇ ਕੋਰੋਨਾ ਅਸੀਂ ਕੋਈ ਪਹਿਲੀ ਵਾਰ ਨਾਮ ਨਹੀਂ ਸੁਣਿਆ। ਮੈਡੀਕਲ ਫੀਲਡ ਦੇ ਵਿੱਚ ਇਹ ਬੜਾ ਪੁਰਾਣਾ ਵਾਇਰਸ ਹੈ,
ਇਹ ਨਵਾਂ ਵਾਇਰਸ ਹੈ ਜਿਹਦਾ ਟ੍ਰੀਟਮੈਂਟ ਕਹਿ ਸਕਦੇ ਹਾਂ ਕਿ ਜਿਵੇਂ ਪਹਿਲੇ ਸਵਾਈਨ ਫਲੂ ਦਾ ਟ੍ਰੀਟਮੈਂਟ ਹੁੰਦਾ ਸੀ, ਇਹਦਾ ਐਗਜੈਕਟ ਐਂਟੀਵਾਇਰਲ ਟ੍ਰੀਟਮੈਂਟ ਨਹੀਂ ਹੈ, ਬਟ ਇਹਦੇ ਵਾਸਤੇ ਡਰਨ ਦੀ ਲੋੜ ਮੋਟੇ ਤੌਰ 'ਤੇ ਨਹੀਂ ਹੈ, ਡਰਨ ਦੀ ਲੋੜ ਨਹੀਂ ਹੈਗੀ। ਡਾਕਟਰ ਰਮਣੀ ਸਿੰਘ ਜੀ, ਬੱਚਿਆਂ ਨੂੰ ਲੈ ਕੇ ਅਸੀਂ ਅਕਸਰ ਕੌਨਸ਼ੀਅਸ ਹੋ ਜਾਂਦੇ ਹਾਂ ਕਿ ਬੱਚਿਆਂ ਦੀ ਇਮਿਊਨਿਟੀ ਜਿਹੜੀ ਵੀਕ ਹੁੰਦੀ ਆ ਅਤੇ ਬਜ਼ੁਰਗਾਂ ਦੀ ਇਮਿਊਨਿਟੀ ਆ ਜਿਹੜੀ ਉਸ ਤਰੀਕੇ ਨਾਲ ਨਹੀਂ ਹੈਗੀ। ਸਵਾਲ ਇਹ ਹੈਗਾ ਬੇਦੀ ਸਾਹਿਬ, ਤੁਹਾਡੇ ਕੋਲ ਕਿਹੋ ਜਿਹੇ ਕੇਸਿਸ ਵੱਧ ਆ ਰਹੇ ਆ ਜਿਹਦੇ ਵਿੱਚ ਬਿਮਾਰੀ ਘੱਟ ਅਤੇ ਡਰ ਜ਼ਿਆਦਾ? ਬਿਲਕੁਲ ਠੀਕ ਹੈ। ਦੇਖੋ, ਜਿਵੇਂ ਡਾਕਟਰ ਸਾਹਿਬ ਨੇ ਵੀ ਹੁਣੇ ਤੁਹਾਨੂੰ ਦੱਸਿਆ ਕਿ ਵੀ ਡਰ ਦੀ, ਔਰ ਤੁਸੀਂ ਵੀ ਇੱਕ ਬੜੀ ਸਹੀ ਗੱਲ ਜਿਹੜੀ ਹੈ ਕੀਤੀ ਹੈ ਕਿ ਡਰ ਦੀ ਲੋੜ ਨਹੀਂ ਹੈ, ਬਟ ਪ੍ਰੀਕੋਸ਼ਨ ਵਰਤਣ ਦੀ ਲੋੜ ਵੀ ਹੈ, ਕਿਉਂਕਿ ਇਹ ਦੇਖਿਆ ਗਿਆ ਕਿ ਪਿਛਲੇ 2 ਮਹੀਨਿਆਂ ਵਿੱਚ ਇਹ ਇੰਨੇ ਤੇਜ਼ੀ ਨਾਲ ਫੈਲ ਗਿਆ ਕਿ WHO ਨੂੰ ਇਹਨੂੰ ਪੈਂਡੈਮਿਕ ਕਰਾਰ ਕਰਨਾ ਪਿਆ। ਸੋ ਅਜੇ ਸਿਰਫ 2 ਮਹੀਨੇ ਪੁਰਾਣਾ ਇੱਕ ਵਾਇਰਸ ਹੈ, ਸਾਨੂੰ ਇਹਦੀਆਂ ਪੂਰੀਆਂ ਜਿਹੜੀਆਂ ਖਾਸੀਅਤਾਂ ਨੇ ਇਹ ਉਹਦੇ ਬਾਰੇ ਅਸੀਂ ਸਾਨੂੰ ਪਤਾ ਨਹੀਂ ਹੈ। ਇਹ ਅਜੇ ਤੱਕ ਜੋ ਪਤਾ ਚੱਲ ਰਿਹਾ ਹੈ ਕਿ ਉਹ ਬੱਚਿਆਂ 'ਚ ਅਤੇ ਖਾਸ ਕਰਕੇ ਬਜ਼ੁਰਗਾਂ ਵਿੱਚ ਇਹਦੀ ਜਿਹੜੀ ਫਰਟੈਲਿਟੀ ਰੇਟ ਹੈ, ਜਿਹਦੇ ਜਿਹਨਾਂ ਮੌਤਾਂ ਹੋਈਆਂ ਉਹ ਜ਼ਿਆਦਾ ਉਹਨਾਂ 'ਚ ਹੋਈਆਂ ਜਿਹਨਾਂ ਦੀ ਏਜ ਜਿਹੜੀ ਸੀਗੀ ਉਹ 70-80 ਤੋਂ ਵੱਧ ਸੀਗੀ, ਜਾਂ ਉਹ ਜਿਹੜੇ ਲੋਕ ਪਹਿਲਾਂ ਜਿਹਨਾਂ ਦਾ ਇਮਿਊਨ ਸਿਸਟਮ ਕਮਜ਼ੋਰ ਸੀਗਾ ਔਰ ਉਹ ਕਿਸੇ ਬਿਮਾਰੀ ਤੋਂ ਪਹਿਲਾਂ ਹੀ ਜੂਝ ਰਹੇ ਸੀਗੇ ਅਤੇ ਉਹਦੇ ਤੋਂ ਉੱਤੇ ਉਹਨਾਂ ਨੂੰ ਕੋਰੋਨਾ ਵਾਇਰਸ ਦਾ ਅਟੈਕ ਹੋ ਗਿਆ, ਉਹਨਾਂ ਦੇ ਵਿੱਚ ਇਹ ਲੱਛਣ ਜਿਹੜਾ ਜ਼ਿਆਦਾ ਸੀਰੀਅਸਨੈਸ ਉਹਦੇ ਵਿੱਚ ਦੇਖੀ ਗਈ। ਤੁਹਾਡੇ ਕੋਲ ਕੁਝ ਪੇਸ਼ੈਂਟ ਇਹੋ ਜਿਹਾ ਹੈ ਜਾਂ ਕੁਝ ਮਾਪੇ ਇਹੋ ਜਿਹਾ ਹੈ ਜਿਹੜੇ ਕਿ ਆਪਦੇ ਬੱਚਿਆਂ ਨੂੰ ਲੈ ਕੇ ਜਾਂ ਉਹਨਾਂ ਦੇ ਆਪਦੇ ਮਾਪਿਆਂ ਨੂੰ ਲੈ ਕੇ ਜਿਹੜੇ ਬਜ਼ੁਰਗ ਹੈਗੇ ਆ ਉਹਨਾਂ ਨੂੰ ਲੈ ਕੇ ਉਹਨਾਂ ਵਿੱਚ ਡਰ ਪਾਇਆ ਜਾ ਰਿਹਾ? ਐਬਸੋਲੂਟਲੀ। ਇਨਫੈਕਟ ਅਸੀਂ ਆਪਣੇ ਹੋਸਪਿਟਲ 'ਚ ਇੱਕ ਅਵੇਅਰਨੈਸ ਪ੍ਰੋਗਰਾਮ ਬਣਾਇਆ ਹੋਇਆ ਹੈ, ਅਸੀਂ ਜਿਹੜਾ TV ਹੈਗਾ ਸਾਡਾ ਲੋਬੀ 'ਚ ਅਸੀਂ ਲਗਾਇਆ ਹੋਇਆ, ਵੇਟਿੰਗ ਏਰੀਆ ਵਿੱਚ ਲਗਾਇਆ ਹੋਇਆ, ਜਿਹਦੇ ਵਿੱਚ ਕੰਟੀਨਿਊਸਲੀ ਅਸੀਂ ਜਿਹੜੀ ਗਾਈਡਲਾਈਨਸ ਜਿਹੜੀ ਜਿਵੇਂ ਡਾਕਟਰ ਸਾਹਿਬ ਨੇ ਵੀ ਕਿਹਾ ਕਿ ਐਡਵਾਈਜ਼ਰੀ ਦਿੱਤੀ ਜਾ ਰਹੀ ਹੈ ਫਰੋਮ ਦੀ ਗਵਰਨਮੈਂਟ ਸਾਈਡ। TV ਦੀ ਗੱਲ ਕਰ ਲਈ, ਮੈਨੂੰ TV ਯਾਦ ਆ ਗਿਆ ਜੀ। TV ਦੇ ਨਾਲ ਤਾਂ ਜ਼ਿਆਦਾ ਮੌਤਾਂ ਹੁੰਦੀਆਂ, ਉਹਦੀ ਤਾਂ ਅਸੀਂ ਗੱਲ ਹੀ ਨਹੀਂ ਕਰਦੇ ਪਏ। ਉਹਦੇ ਬਾਰੇ ਤਾਂ ਜਿਹੜੀਆਂ ਸਰਕਾਰ ਦੀਆਂ ਸਕੀਮਾਂ ਹੈਗੀਆਂ ਉਹਦੇ ਬਾਰੇ ਲੋਕਾਂ ਨੂੰ ਅਵੇਅਰਨੈਸ ਨਹੀਂ ਆ ਗਈ ਸੀ, ਕੋਰੋਨਾ ਦੀ ਅਵੇਅਰਨੈਸ ਫੈਲਾਈ ਜਾ ਰਹੀ ਹੈ? ਨਹੀਂ, ਮੈਂ ਜਦੋਂ TV ਦੀ ਗੱਲ ਕਰ ਰਿਹਾ, ਤੁਸੀਂ ਉਹ TV ਦੀ ਗੱਲ ਕਰ ਰਹੇ ਹੋ TV ਸਾਹਮਣੇ ਲੱਗਿਆ ਹੈ ਜਾਂ TV ਤੁਸੀਂ ਆ ਰਹੇ ਹੋ? ਨੋ, ਮੈਂ ਉਹਦੀ ਗੱਲ ਕਰ ਰਿਹਾ ਕਿ ਜਿਹੜੇ ਅਸੀਂ ਡਾਕਟਰ ਲੋਕ TV ਦੀ ਰਾਏ ਅਸੀਂ ਉਹਨਾਂ ਆਪਣੇ ਪੇਸ਼ੈਂਟ ਜਿਹੜੇ ਵੇਟਿੰਗ ਏਰੀਆ 'ਚ ਹੈਗੇ ਨੇ ਉਹਨਾਂ ਨੂੰ ਅਸੀਂ ਜਾਗਰੂਕ, ਤੁਸੀਂ ਉਹਨਾਂ ਨੂੰ ਗਾਈਡ ਕਰਦੇ ਹੋ। ਮੈਂ ਉਸ TV ਦੀ ਗੱਲ ਕਰਦਾ ਪਿਆ ਜਿਹੜੇ TV ਨਾਲ ਦੁਨੀਆ ਭਰ ਦੇ ਵਿੱਚ ਦਹਿਸ਼ਤ ਹੈ, ਮੈਂ ਉਸ TV ਦੀ ਗੱਲ ਕਰਦਾ ਪਿਆ। ਇਹਦੇ ਵਿੱਚ ਇਸ ਤਰ੍ਹਾਂ ਹੈਗਾ ਕਿ ਇਹ ਕਿਉਂਕਿ ਇੰਨੀ ਤੇਜ਼ੀ ਨਾਲ ਫੈਲਿਆ ਔਰ ਅੱਜ ਦਾ ਜ਼ਮਾਨਾ ਇਹੋ ਜਿਹਾ ਕਿ 1 ਮਿੰਟ ਦੇ ਵਿੱਚ ਹੀ ਇਹ ਮਿਲੀਅਨਸ ਆਫ ਜਿਹੜੀ ਇਹ ਜਗ੍ਹਾ ਹੈਗੀਆਂ ਲੋਕਾਂ ਵਿੱਚ ਇਹ ਫੈਲ ਜਾਂਦਾ ਹੈ। ਸੋ ਮੇਰੀ ਇਹ ਗੁਜ਼ਾਰਿਸ਼ ਹੈਗੀ ਹੈ ਕਿ ਗਵਰਨਮੈਂਟ ਆਫ ਇੰਡੀਆ ਔਰ ਸਟੇਟ ਗਵਰਨਮੈਂਟਸ ਔਰ ਤੁਸੀਂ ਜਿਹੜੇ ਬੜਾ ਅੱਛਾ ਕੰਮ ਕਰ ਰਹੇ ਹੋ ਆਲਰੇਡੀ, ਅਵੇਅਰਨੈਸ ਪੈਦਾ ਕਰਨੀ ਬੜੀ ਜ਼ਰੂਰੀ ਹੈ ਔਰ ਇਹਦੇ ਵਿੱਚ ਸਭ ਤੋਂ ਜਿਹੜੀ ਇੰਪੋਰਟੈਂਟ ਗੱਲ ਇਹ ਹੈ ਕਿ ਇਹਦੇ 'ਚ ਐਡਵਾਈਜ਼ਰੀ ਗਵਰਨਮੈਂਟ ਆਫ ਇੰਡੀਆ ਜਿਹੜੀ ਦੇ ਵੀ ਰਹੀ ਹੈ ਹੋਰ ਅੱਛੀ ਤਰ੍ਹਾਂ ਦੇ। ਮੈਨੂੰ ਇੱਕ ਚੀਜ਼ ਸਮਝਾ ਦਿਓ, ਅੱਗ ਕਿਹਨੇ ਲਾਈ ਹੈ? ਮੈਡੀਕਲ ਇੰਡਸਟਰੀ ਨੇ ਅੱਗ ਲਾਤੀ ਜਾਂ ਮੀਡੀਆ ਨੇ ਅੱਗ ਲਾਤੀ ਜਾਂ ਪੋਲੀਟੀਸ਼ੀਅਨਾਂ ਨੇ ਅੱਗ ਲਾਤੀ ਜਾਂ ਸੁਪਰ ਪਾਵਰ ਕੰਟਰੀ ਜਿਹੜੀਆਂ ਆਪਦੇ ਆਪ ਨੂੰ ਕਹਿੰਦੀਆਂ ਉਹਨਾਂ ਨੇ ਅੱਗ ਲਾਤੀ? ਦੇਖੋ, ਮੇਰਾ ਸਵਾਲ ਬੜਾ ਸਧਾਰਨ ਹੈ। ਜੇ ਮੇਰਾ ਜਵਾਬ ਵੀ ਸਧਾਰਨ ਹੋਏਗਾ, ਇਹ ਸਾਰੇ ਮਿਲ ਕੇ ਸਾਰਿਆਂ ਨੇ ਹੀ ਅੱਗ ਲਾਈ ਹੈ। ਸਾਰਿਆਂ ਨੇ ਮਿਲ ਕੇ ਅੱਗ ਲਾਈ ਹੈ, ਬਿਲਕੁਲ। ਮੈਡੀਕਲ ਡਾਕਟਰ ਦਾ ਰੋਲ ਇਹ ਤੋਂ ਸਭ ਤੋਂ ਘੱਟ ਹੈਗਾ, ਕਿਉਂਕਿ ਬਾਕੀ ਸਾਰਿਆਂ ਦਾ ਰੋਲ ਵੱਡਾ। ਇਸ ਕਰਕੇ ਕਿਉਂਕਿ ਮੈਡੀਕਲ ਜਿਹੜੀ ਕਮੇਟੀ ਹੈਗੀ ਆ ਇੱਕ ਬਣਾਉਣੀ ਚਾਹੀਦੀ ਹੈ, ਸੈਂਟਰਲ ਐਡਵਾਈਜ਼ਰੀ ਕਮੇਟੀ ਜਿਹੜੀ ਹੈਗੀ ਬਣਾਉਣੀ ਚਾਹੀਦੀ ਹੈ, ਉਹ ਬਣਾ ਵੀ ਦਿੱਤੀ ਹੈ ਹੁਣ ਔਰ ਉਹਦੇ ਵੱਲੋਂ ਇੱਕ ਆਫੀਸ਼ੀਅਲ ਵਰਜ਼ਨ ਜਿਹੜਾ ਹੈਗਾ ਰੋਜ਼ ਦੇ ਰੋਜ਼ ਆਏਗਾ, ਉਹਦੇ ਨਾਲ ਜਿਹੜੀ ਅਫਵਾਹਾਂ ਫੈਲਦੀਆਂ ਪਈਆਂ ਉਹ ਆਪੇ ਖਤਮ ਹੋ ਜਾਣਗੀਆਂ। ਠੀਕ ਹੈ, ਚਲੋ। ਡਾਕਟਰ ਬੇਦੀ ਨੇ ਕਿਹਾ ਕਿ ਅੱਗ ਲਾਉਣ ਬਹੁਤ ਹੈਗੇ ਆ, ਪਰ ਮੈਂ ਚਾਹੁੰਦਾ ਕਿ ਸਾਡਾ ਨਾਮ ਉਹਨਾਂ ਵਿੱਚ ਸ਼ਾਮਿਲ ਹੋਵੇ ਜਿਹੜੇ ਅੱਗ ਬੁਝਾਉਣ ਵਿੱਚ ਸ਼ਾਮਿਲ ਹੋਏ ਆ। ਇੱਕ ਚਿੜੀ ਆ ਜਿਹੜੀ ਕਹਿੰਦੇ ਥੋੜ੍ਹਾ ਤਿਨਕਾ ਵੀ ਲੈ ਕੇ ਜਾਵੇ, ਤੁਸੀਂ ਅੱਗ ਬੁਝਾਉਣ ਵਿੱਚ ਜਿਉਂਦਾ ਨਾਮ ਸ਼ਾਮਿਲ ਹੁੰਦਾ, ਇਤਿਹਾਸ ਉਹਨੂੰ ਯਾਦ ਕਰਦਾ ਅਤੇ ਇਤਿਹਾਸ ਤੁਹਾਨੂੰ ਵੀ ਯਾਦ ਕਰੇਗਾ ਜੇ ਤੁਸੀਂ ਅਫਵਾਹਾਂ ਤੋਂ ਬਚੋਗੇ, ਜੇ ਤੁਸੀਂ ਸਮਝੋਗੇ ਕਿ ਜਾਗਰੂਕਤਾ ਕੀ ਹੁੰਦੀ ਹੈ। ਕੋਰੋਨਾ ਵਾਇਰਸ ਬਹੁਤ ਵੱਡਾ ਡਰ ਨਹੀਂ ਹੈਗਾ, ਖੌਫ ਨਹੀਂ ਹੈਗਾ। ਮੈਨੂੰ ਤਾਂ ਅਕਸਰ ਹੀ ਖੰਘ ਆਉਂਦੀ ਰਹਿੰਦੀ ਹੈ ਸਟੂਡੀਓ ਦੇ ਵਿੱਚ, ਮੈਨੂੰ ਇਸ ਨੂੰ ਐਡਮਿਟ ਕਰਨ ਵਿੱਚ ਕੋਈ ਦਿੱਕਤ ਨਹੀਂ ਹੈਗੀ, ਪਰ ਉਸਦਾ ਰੀਜ਼ਨ ਹੋਰ ਹੈ ਕਿਉਂਕਿ ਇੱਥੇ AC ਵੀ ਚੱਲਦਾ ਰਹਿੰਦਾ। ਬਰੇ ਤੋਂ ਵਾਪਸ ਆ ਰਿਹਾ ਸਵਾਲ ਇੱਕ ਪੁੱਛ ਰਿਹਾ, ਸਵਾਲ ਅਸੀਂ ਇਹ ਪੁੱਛ ਰਹੇ ਹਾਂ ਕੋਰੋਨਾ ਵਾਇਰਸ ਦੀ ਦਹਿਸ਼ਤ ਦੇ ਖਾਤਮੇ ਲਈ ਕਿਹੜੇ ਆਪਰੇਸ਼ਨ ਦੀ ਲੋੜ ਹੈਗੀ ਆ? ਡਾਕਟਰ ਰਾਜੀਵ ਖੋਸਲਾ, ਘਬਰਾਈਓ ਨਾ ਤੁਸੀਂ ਵੀ, ਅੱਜ ਖੁੱਲ੍ਹ ਕੇ ਗੱਲ ਕਰੀਓ। ਸ਼ੇਅਰ ਬਾਜ਼ਾਰ ਮੁੱਦੇ ਮੂੰਹ ਡਿੱਗਦਾ, ਅੱਜ ਥੋੜ੍ਹਾ ਜਿਹਾ ਸੰਭਲਿਆ। ਨਿਫਟੀ 45 ਮਿੰਟ ਲਈ ਬੰਦ ਕਰਨੀ ਪੈਂਦੀ ਆ, ਬ੍ਰੇਕ ਲਾਉਣੀ ਪੈਂਦੀ ਆ। ਇਹ ਬਹੁਤ ਸਾਲਾਂ ਬਾਅਦ ਇਹੋ ਜਿਹੀ ਸਥਿਤੀ ਹੋਈ ਆ, ਇਹ ਡਰਾਇਆ ਜਾ ਰਿਹਾ ਜਾਂ ਅਸਲ ਵਿੱਚ ਸਥਿਤੀ ਉਤਪੰਨ ਹੋ ਰਹੀ ਹੈ ਕਿ ਮੰਦੇ ਹਾਲਾਤ ਹੈਗੇ ਆ ਅਤੇ ਮੰਦੇ ਹਾਲਾਤਾਂ ਦੇ ਵਿਚਾਲੇ ਇਹੋ ਜਿਹਾ ਇੱਕ ਸ਼ਗੂਫਾ ਛੱਡ ਦਿਓ ਅਤੇ ਫਿਰ ਕਹਿ ਦਿਓ ਸਥਿਤੀ ਆਊਟ ਆਫ ਕੰਟਰੋਲ ਆ, ਅਸੀਂ ਕੁਝ ਸਾਂਭ ਨਹੀਂ ਸਕਦੇ। KP ਜੀ, ਜਿਹੜਾ ਤੁਸੀਂ ਪਹਿਲੀ ਗੱਲ ਕੀਤੀ ਹੈ ਵੀ ਜਿਹੜਾ ਸ਼ੇਅਰ ਮਾਰਕੀਟ ਥੱਲੇ ਗਈ ਹੈ, ਸ਼ੇਅਰ ਮਾਰਕੀਟ ਥੱਲੇ ਜਾਣ ਦਾ ਕਾਰਨ ਹੈ ਸਰਕਟ ਬ੍ਰੇਕਰ ਜਿਹੜਾ ਹੈ ਉਹ ਅਪਲਾਈ ਹੋਇਆ। ਹੁਣ ਜੇ ਮੈਂ ਸਰਕਟ ਬ੍ਰੇਕਰ ਦਾ ਥੋੜ੍ਹਾ ਜਿਹਾ ਜ਼ਿਕਰ ਕਰਾਂ ਵੀ ਸਰਕਟ ਬ੍ਰੇਕਰ ਹੁੰਦਾ ਜਦੋਂ ਵੀ
ਕਿਤੇ ਸ਼ੇਅਰ ਸੈਲਿੰਗ ਹੁੰਦੀ ਰਹੇ ਬਾਇੰਗ ਹੁੰਦੇ ਹੋਵੇ ਨਾ ਬਾਇੰਗ ਸੈਲਿੰਗ ਦੋਨੋਂ ਹੀ ਉੱਪਰ ਔਰ ਥੱਲੇ ਪਾਸੇ ਜੇ 10% ਤੋਂ ਜ਼ਿਆਦਾ ਡਿਵੀਏਸ਼ਨ ਆ ਜਾਵੇ ਡਾਈਵਰਜੈਂਸ ਜਿਹੜੀ ਹੈ 10% ਤੋਂ ਉੱਤੇ ਚੱਲ ਜਾਵੇ 45 ਮਿੰਟ ਜੀ ਥੋੜਾ ਸੁੱਕੇ ਭਾਸ਼ਾ ਸਮਝਾ ਦੋ ਮੈਂ ਸਾਡੇ ਦਰਸ਼ਕ ਮੈਂ ਸੁੱਕੇ ਦੱਸ ਦਿੰਦਾ ਜੀ ਪਾੜਾ ਜਦੋਂ ਜ਼ਿਆਦਾ ਵੱਜੇ ਜਾਂ ਤਾਂ ਉੱਪਰਲੇ ਪਾਸੇ ਸ਼ੇਅਰ ਮਾਰਕੀਟ ਚ ਆਉਣਾ ਸ਼ੁਰੂ ਹੋ ਜਾਏ ਜਾਂ ਥੱਲੜੇ ਪਾਸੇ ਜਿੱਦਾਂ ਅੱਜ 966 ਪੁਆਇੰਟ ਗਿਰ ਗਈ ਨਿਫਟੀ 10% ਥੱਲੇ ਜਾਣਾ ਸ਼ੁਰੂ ਹੋ ਗਿਆ ਸੀ ਇਸ ਕਰਕੇ ਉਹਨੂੰ 45 ਮਿੰਟ ਦੇ ਲਈ ਪਹਿਲਾ ਜਿਹੜਾ ਬੈਰੀਅਰ ਹੁੰਦਾ 1 ਵਜੇ ਤੋਂ ਪਹਿਲਾਂ ਜੇ ਸਟਾਕ ਮਾਰਕੀਟ ਇੰਨੀ ਜ਼ਿਆਦਾ ਉਹਦੇ 'ਚ ਡਿਵੀਏਸ਼ਨ ਆ ਜਾਏ ਇੰਨੀ ਜ਼ਿਆਦਾ ਚੇਂਜ ਆ ਜਾਵੇ ਤਾਂ ਉਹਨੂੰ ਰੋਕਣਾ ਪੈਂਦਾ ਇਸ ਕਰਕੇ ਉਹਨੂੰ ਸਰਕਟ ਬ੍ਰੇਕ ਜਿਵੇਂ ਅਮੀਰ ਤੇ ਗਰੀਬ 'ਚ ਪਾੜਾ ਸਾਡੇ ਦੇਸ਼ ਦੇ ਵਿੱਚ ਜੀ ਹੈ ਜੀ ਬਿਲਕੁਲ ਰਸਮਜੀਤ ਸਿੰਘ ਮੈਂ ਅਰਜੀਤ ਖੋਸਲਾ ਜੀ ਕੁਝ ਹੋਰ ਕਹਿਣਾ ਤੁਸੀਂ ਕੁਝ ਬਾਅਦ ਕਹੋਗੇ ਰਸਮਜੀਤ ਸਿੰਘ ਇੱਕ ਸਵਾਲ ਹੈ ਪੋਲੀਟੀਕਲ ਕੁਐਸਚਨ ਹੈ ਜਿਹੜੇ ਇਸ ਵਿੱਚ ਉੱਠ ਰਹੇ ਹੈਗੇ ਆ ਜਦੋਂ ਵੁਹਾਨ ਵਾਇਰਸ ਦਾ ਜ਼ਿਕਰ ਹੁੰਦਾ ਤਾਂ ਚਾਈਨਾ ਨੂੰ ਗੁੱਸਾ ਆ ਜਾਂਦਾ ਅਮਰੀਕਾ ਤੇ ਉਂਗਲ ਚੁੱਕੀ ਜਾਂਦੀ ਹੈ ਇਸ ਤੋਂ ਪਹਿਲਾਂ ਵੀ ਕੁਝ ਰਿਪੋਰਟਾਂ ਇਹੋ ਜਿਹੀਆਂ ਸੀ ਕਹਿੰਦੇ ਜਦੋਂ ਕੁਝ ਦੁਨੀਆ ਦੇ ਵਿੱਚ ਲੈ ਕੇ ਜਾਣਾ ਹੋਵੇ ਤਾਂ ਅਮਰੀਕਾ ਉਸਦਾ ਇਸਤੇਮਾਲ ਕਰਦਾ ਚਾਹੇ ਹਥਿਆਰਾਂ ਦੀ ਗੱਲ ਹੋਵੇ ਚਾਹੇ ਦਵਾਈਆਂ ਦੇ ਕਾਰੋਬਾਰ ਦੀ ਗੱਲ ਹੋਵੇ ਇਹ ਇਸ ਮਾਮਲੇ ਦੇ ਵਿੱਚ ਕਿਸ ਤੇ ਉਂਗਲ ਚੁੱਕੀ ਜਾ ਸਕਦੀ ਹੈ ਜਾਂ ਇਨਸਾਨੀ ਗਲਤੀ ਹੈ ਜਿਹਨੂੰ ਫੜਿਆ ਨਹੀਂ ਗਿਆ ਇਸ ਕਰਕੇ ਇਸ ਗੱਲ ਦਾ ਤੇ ਲੱਭਣਾ ਬਹੁਤ ਮੁਸ਼ਕਲ ਹੋਊਗਾ ਕਿ ਸ਼ੁਰੂ ਕਿਵੇਂ ਆ ਜਿਹੜੀਆਂ ਪੁਰਾਣੀਆਂ ਵਾਇਰਸ ਆ ਕਦੀ ਕਹਿੰਦੇ ਜੀ ਬਾਂਦਰਾਂ ਤੋਂ ਬੰਦਿਆਂ 'ਚ ਆ ਗਈ ਕਦੀ ਕਹਿੰਦੇ ਆ ਚਮਗਾਦੜਾਂ ਤੋਂ ਉਹਨਾਂ ਵਿਚਾਰਿਆਂ ਦੀ ਸ਼ਾਮਤ ਆ ਜਾਂਦੀ ਲੋਕ ਚਮਗਾਦੜ ਮਾਰਨੇ ਸ਼ੁਰੂ ਕਰ ਦਿੰਦੇ ਆ ਕੇਰਲਾ ਦੇ ਵਿੱਚ ਇਹ ਵੀ ਹੋਇਆ ਸੀਗਾ ਇਸ ਕਰਕੇ ਇਹ ਤਾਂ ਕਹਿਣਾ ਕਿ ਜਾਨਵਰਾਂ ਤੋਂ ਬੰਦਿਆਂ 'ਚ ਆਈ ਆ ਜਾਂ ਬੰਦਿਆਂ ਦੀਆਂ ਜਿਹੜੀਆਂ ਫਰਮਾ ਕੰਪਨੀਆਂ ਉਹਨਾਂ ਨੇ ਕੋਈ ਆਰਟੀਫਿਸ਼ਲ ਵਾਇਰਸ ਬਣਾ ਕੇ ਆਪਣਾ ਮਾਲ ਵੇਚਣ ਲਈ ਇਹੋ ਜਿਹਾ ਕਰਦਾ ਇਹ ਤਾਂ ਹੁਣ ਕਿਸ ਤਰ੍ਹਾਂ ਪਤਾ ਲੱਗੂਗਾ ਇਹ ਬੜਾ ਇੱਕ ਅੰਦਰੂਨੀ ਮਾਮਲੇ ਹੈਗੇ ਆ ਪਰ ਜੋ ਇਹਦਾ ਬਾਹਰ ਹਸ਼ਰ ਹੋ ਰਿਹਾ ਜਾਣੀ ਕਿੰਨੇ ਬੰਦੇ ਮਰ ਗਏ ਜੀ 4000 ਹੋ ਗਏ ਜੀ 5000 ਉਹ ਇੰਜ ਦਿੱਤੇ ਜਾ ਰਹੇ ਆ ਜਿਵੇਂ 4 ਕਰੋੜ ਮਰ ਗਏ ਜੀ 5 ਕਰੋੜ ਜਾਣੀ ਇੰਪ੍ਰੈਸ਼ਨ ਉਹਦਾ ਐਡਾ ਵੱਡਾ ਦਿੱਤਾ ਜਾ ਰਿਹਾ ਇਹਦੇ ਪਿੱਛੇ ਜਿਹੜੀ ਤੁਸੀਂ ਪਹਿਲਾ ਸਵਾਲ ਕੀਤਾ ਸੀ ਪੋਲੀਟਿਕਸ ਜ਼ਿਆਦਾ ਔਰ ਪੋਲੀਟਿਕਸ ਕਿਹਦੀ ਫਰਮਾ ਕੰਪਨੀਆਂ ਨੂੰ ਪੈਸੇ ਲੁਟਾਉਣ ਦੀ ਵੱਟਣ ਦੀ ਉਸ ਕਿਸਮ ਦੀ ਆ ਪਰ ਇਹਦੇ ਨਾਲ ਜਿਹੜਾ ਸਾਰੇ ਦਾ ਸਾਰਾ ਇਹ ਖੌਫ ਪੈਦਾ ਕਰਕੇ ਦੁਨੀਆ ਦੀ ਸਾਰੀ ਇਕਨੋਮੀ ਨੂੰ ਸ਼ੈਟਰ ਕੀਤਾ ਜਾ ਰਿਹਾ ਉਹਦਾ ਖਮਿਆਜ਼ਾ ਕੌਣ ਭੁਗਤੂਗਾ ਕਿੰਨਾ ਭੁਗਤੂਗਾ ਇੱਕ ਤੇ ਇਹਦੀ ਡਿਮੈਂਸ਼ਨ ਇਹ ਹੈਗੀ ਦੂਸਰੀ ਗੱਲ ਮੈਂ ਸਿੱਧਾ ਸਵਾਲ ਕਰ ਲਵਾਂ ਰਸਮ ਜੀ ਦੂਸਰੀ ਗੱਲ ਮੈਂ ਨਾਲ ਹੀ ਕਹਿ ਲੈਂਦੀ ਤੁਸੀਂ ਕਰ ਲਿਓ ਨਾ ਤੁਸੀਂ ਗੱਲ ਕਰ ਲਿਓ ਚਾਈਨਾ ਨੂੰ ਖੁੱਡੇ ਲੈਣ ਤੈਨੂੰ ਨਾ ਚਾਈਨਾ ਤੇ ਕਾਫੀ ਲੱਗਾ ਇਹਦੇ ਨਾਲ ਕਿਉਂਕਿ ਦੇਖੋ ਚਾਈਨਾ ਦੁਨੀਆ ਦੀ ਇਸ ਵੇਲੇ ਵਰਕਸ਼ਾਪ ਹੈ ਕਿਸੇ ਵੇਲੇ ਇੰਗਲੈਂਡ ਦੁਨੀਆ ਦੀ ਵਰਕਸ਼ਾਪ ਹੁੰਦੀ ਸੀ ਜੋ ਕੱਚਾ ਮਾਲ ਜਾਂ ਪੱਕਾ ਮਾਲ ਉੱਥੋਂ ਚਾਈਨਾ ਸਾਰੀ ਦੁਨੀਆ ਨੂੰ ਭੇਜ ਰਿਹਾ ਸਾਰੇ ਦਾ ਸਾਰਾ ਸੀਲ ਕਰਕੇ ਬੰਦ ਕਰਤਾ ਕੋਈ ਖੋਲਦਾ ਹੀ ਨਹੀਂ ਉਹਨੂੰ ਆਉਣ ਹੀ ਨਹੀਂ ਦਿੰਦਾ ਬੰਦੇ ਵੀ ਸੀਲ ਕਰਤੇ ਮਾਲ ਕੀ ਆਉਣਾ ਇਸ ਕਰਕੇ ਉਹਨਾਂ ਨੂੰ ਤਾਂ ਧੱਕਾ ਬਹੁਤ ਵੱਡਾ ਲੱਗਾ ਪਰ ਇੰਝ ਕੌਮਾਂ ਜਿਹੜੀਆਂ ਜਾਂ ਲੋਕ ਮਰਦੇ ਨਹੀਂ ਰੁਕਦੇ ਨਹੀਂ ਉਹ ਇਹਦੇ ਨਾਲ ਵੱਡੇ ਪੱਧਰ ਦੇ ਉੱਤੇ ਫਿਰ ਇਕਦਮ ਰਿਬਾਊਂਡ ਕਰਨਗੇ ਉਹ ਵੱਡੇ ਪੱਧਰ ਤੇ ਆਉਣਗੇ ਇਹੋ ਜਿਹੀ ਇਸ ਤਰ੍ਹਾਂ ਨਹੀਂ ਰੋਕਿਆ ਜਾ ਸਕਦਾ ਸ਼ਾਸਾਂ ਨਾਲ ਨਹੀਂ ਰੋਕਿਆ ਜਾ ਸਕਦਾ ਜਿਹੜੇ ਲੋਕਾਂ ਦੀ ਜੇ ਤਾਕਤ ਸਿਸਟਮ ਦੀ ਹੈਗੀ ਉਹ ਰਿਬਾਊਂਡ ਕਰੂਗੀ ਦੂਜੀ ਗੱਲ ਮੈਂ ਜ਼ਰੂਰ ਇੱਥੇ ਕਰਨੀ ਚਾਹੁੰਦਾ ਹਾਂ ਕਿ ਇਹ ਦੇਖੋ ਕਿ ਦੁਨੀਆ ਦੇ ਵਿੱਚ ਮੈਲ ਨਿਊਟ੍ਰੀਸ਼ਨ ਜਿਹੜੀਆਂ ਕੰਪਨੀਆਂ ਫੂਡ ਜੰਕ ਫੂਡ ਜੇ ਗੰਦ ਮੰਦ ਲੋਕਾਂ ਨੂੰ ਖਵਾਈ ਜਾਂਦੇ ਵੇਚੀ ਜਾਂਦੇ ਕੋਈ ਉਹਨਾਂ 'ਤੇ ਗੱਲ ਨਹੀਂ ਕਰਦਾ 190 ਕਰੋੜ ਲੋਕ ਤੀਜਾ ਹਿੱਸਾ ਦੁਨੀਆ ਦਾ ਪਾਪੂਲੇਸ਼ਨ ਦਾ ਅਬੇਸ ਹੈਗਾ ਜ਼ਿਆਦਾ ਓਵਰਵੇਟ ਆ ਅਤੇ 45 ਕਰੋੜ ਜਾਣੀ 8% ਦੇ ਕਰੀਬ ਜਿਹੜੇ ਲੋਕ ਆ ਉਹ ਅੰਡਰਵੇਟ ਆ ਉਹਨਾਂ ਨੂੰ ਰੋਟੀ ਜਾਂ ਤੁਹਾਡੀ ਗੱਲ ਵੀ ਨਹੀਂ ਸੁਣੀ ਕਿਸੇ ਨੇ ਨਹੀਂ ਮੈਂ ਕਹਿੰਦਾ ਲੋਕਾਂ ਦੀ ਗੱਲ ਕੀਤੀ ਨਾ ਆਈ ਵਰਡ ਸਲੀਪ ਡੇ ਆ ਸਾਰੇ ਸੁੱਤੇ ਪਏ ਆ ਮੈਂ ਇਹ ਕਹਿੰਦਾ ਐਕਸੀਡੈਂਟ ਇੰਡੀਆ ਦੇ ਵਿੱਚ ਸਿਰਫ ਐਕਸੀਡੈਂਟਾਂ ਦੇ ਨਾਲ ਹਰ ਸਾਲ 1.5 ਲੱਖ ਲੋਕ ਐਕਸੀਡੈਂਟਾਂ 'ਚ ਮਰਦਾ ਹਰ ਸਾਲ ਪੰਜਾਬ ਦੇ ਅੰਦਰ 250-300 ਬੰਦੇ ਬਲਦਾਂ ਦੇ ਨਾਲ ਗਾਈਆਂ ਦੇ ਨਾਲ ਮਰੀ ਜਾਂਦੇ ਆ ਅਜੇ ਸਾਰੇ ਇੰਡੀਆ 'ਚ ਇੱਕ ਡੈਥ ਹੋਈ ਆ 76 ਸਾਲ ਬਾਬੇ ਦੀ ਹੈ ਸਾ ਅੱਗ ਐਂ ਲਾਈ ਪਈ ਆ ਜਿਵੇਂ ਸਾਰੇ ਦੇਸ਼ ਨੂੰ ਅੱਗ ਲੱਗ ਗਈ ਹੋਵੇ ਇਸ ਕਰਕੇ ਇਹ ਖੌਫ ਪੈਦਾ ਕਰਕੇ ਇਹ ਕਿਉਂ ਖੌਫ ਪੈਦਾ ਉਹਦਾ ਇੱਕ ਦੂਜਾ ਕਾਰਨ ਮੈਂ ਜ਼ਰੂਰ ਦੱਸਦਾ ਨਾਲ ਆ ਇਹ ਇੱਕ ਇਹੋ ਜਿਹੀ ਵਾਇਰਸ ਆ ਜਿਹੜਾ ਵਾਕਿਆ ਹੀ ਅਲੀਟ ਨੂੰ ਵੀ ਹਿਲਾਉਂਦੀ ਆ ਇਹ ਜਹਾਜ਼ਾਂ 'ਚ ਟਰੈਵਲ ਕਰਦੀ ਆ ਇਹ ਗੱਡੀਆਂ ਅਤੇ ਸਾਈਕਲਾਂ 'ਤੇ ਨਹੀਂ ਹੈਗੀ ਔਰ ਹਰ ਜਿਹੜਾ ਪੋਲੀਟੀਸ਼ੀਅਨ ਜੈਨੂਨਲੀ ਡਰ ਵੀ ਰਿਹਾ ਉੱਧਰ ਜਾ ਕੇ ਜਿਹੜੇ ਕੈਨੇਡਾ ਦੇ ਪ੍ਰਧਾਨ ਮੰਤਰੀ ਹੈਗੇ ਆ ਉਹਨਾਂ ਦੀ ਵਾਈਫ ਨੂੰ ਜਾ ਕੇ ਇੱਕ ਵਾਇਰਸ ਨੇ ਫੜ ਲਿਆ ਹਾਲੀਵੁੱਡ ਦੇ ਇੱਕ ਕਪਲ ਨੂੰ ਹੋ ਗਿਆ ਇਸੇ ਕਰਕੇ ਗੂਗਲ ਦੇ ਇੱਕ ਐਮਪਲਾਈ ਨੂੰ ਹੋ ਗਿਆ ਇਸੇ ਕਰਕੇ ਕਿਉਂਕਿ ਮੈਲਟ੍ਰੀਸ਼ਨ ਗਰੀਬਾਂ ਨੂੰ ਹੁੰਦੀ ਆ ਕਿਉਂਕਿ ਐਕਸੀਡੈਂਟ ਗਰੀਬਾਂ ਦੇ ਹੁੰਦੇ ਆ ਇਹ ਅਮੀਰਾਂ ਨੂੰ ਕੋਈ ਫੜਦੀ ਨਹੀਂ ਇਸ ਕਰਕੇ ਵੀ ਸਾਰੀ ਦੁਨੀਆ 'ਚ ਖੌਫ ਟਰੰਪ ਨੇ ਪਾਰਤਾ ਕਹਿੰਦਾ ਯੂਰਪ ਤੋਂ ਮੇਰੇ ਕੋਈ ਨਹੀਂ ਆਊਗਾ ਯੂਰਪ ਅੱਖਾਂ ਲਾਲ ਪੀਲਾ ਹੋਇਆ ਫਿਰਦਾ ਕਿ ਹੱਦ ਹੋ ਗਈ ਯਾਰ ਸਾਨੂੰ ਹੀ ਤੁਸੀਂ ਇਹ ਕਰੋਨਾ ਵਾਇਰਸ ਦਾ ਟਰੰਪ ਕਾਰਡ ਹੈ ਤਕੜਾ ਬਿਲਕੁਲ ਤਕੜਾ ਠੀਕ ਹੈ ਇੱਕ ਮਿੰਟ ਖੋਸਲਾ ਸਾਹਿਬ ਮੈਨੂੰ ਚੀਜ਼ ਸਮਝਾ ਦਿਓ ਸਾਰੀ ਇੰਡਸਟਰੀ ਆ ਟੂਰਿਜ਼ਮ ਇੰਡਸਟਰੀ ਆ ਸਟੱਡੀ ਵੀਜ਼ਾ ਜਿਹੜੇ ਦਿੰਦੇ ਆ ਇਮੀਗ੍ਰੇਸ਼ਨ ਇੰਡਸਟਰੀ ਆ ਹੋਰ ਜਿਹੜੀ ਹੋਟਲ ਇੰਡਸਟਰੀ ਸਾਰਾ ਕੁਝ ਉਹਦੇ ਵਿੱਚ ਹੀ ਆ ਰਿਹਾ ਹੈਗਾ ਸਵਾਲ ਇਹ ਹੈਗਾ ਜਿਹੜਾ ਸਟੂਡੈਂਟ ਆ ਜਿਹਨੇ ਬਾਹਰ ਜਾਣਾ ਹੈਗਾ ਇਸ ਪੂਰੇ ਮਾਮਲੇ ਦੇ ਵਿੱਚ ਮੈਂ ਇੱਕ ਸਵਾਲ ਜ਼ਰੂਰ ਕਰਨਾ ਚਾਹੁੰਦਾ ਜਿਹੜਾ ਸ਼ਾਇਦ ਅਸੀਂ ਸਾਰੇ ਮਿਸ ਕਰਦੇ ਪਏ ਹਾਂ ਰੁਜ਼ਗਾਰ ਆ ਜਿਹੜਾ ਉਸ 'ਤੇ ਬਹੁਤ ਵੱਡਾ ਅਸਰ ਪੈ ਰਿਹਾ ਬੇਰੁਜ਼ਗਾਰੀ ਦਰ ਪਹਿਲਾਂ ਹੀ ਸਾਡੇ ਦੇਸ਼ ਦੇ ਵਿੱਚ ਤੁਸੀਂ ਦੇਖ ਚੁੱਕੇ ਹੋ 45 ਸਾਲਾਂ ਦਾ ਸਭ ਤੋਂ ਖਰਾਬ ਅੰਕੜਾ ਸਾਡੇ ਸਾਹਮਣੇ ਖੜਾ ਹੈ ਇਹ ਸਭ ਚੀਜ਼ਾਂ ਦੇ ਵਿੱਚ ਕਵਰ ਅਪ ਕਰਨ ਦੀ ਕੋਸ਼ਿਸ਼ ਤਾਂ ਨਹੀਂ ਹੈਗੀ ਕਿ ਪਿੱਛੇ ਹੈ ਪੋਲੀਟੀਕਲ ਇਕਨੋਮਿਕਸ ਵਾਲਾ ਸਵਾਲ ਹੈ ਬਿਲਕੁਲ ਠੀਕ ਹੈ ਜੀ
ਇਹਦਾ ਜਿਹੜਾ ਜੈਨੇਸਿਸ ਹੈ ਪ੍ਰੋਬਲਮ ਸ਼ੁਰੂਆਤ ਕਿੱਥੋਂ ਹੋਈ ਹੈ, ਇਹ ਹੋਈ ਹੈ ਵੁਹਾਨ ਤੋਂ। ਵੁਹਾਨ ਤੋਂ ਚੱਲੀ ਉੱਥੋਂ, ਵੁਹਾਨ ਕੀ ਚੀਜ਼ ਹੈ, ਵੁਹਾਨ ਦੇ ਵਿੱਚ 90% ਫਾਰਮਾਸਿਊਟੀਕਲ ਦਾ ਜਿੰਨਾ ਸਮਾਨ ਹੈ ਉਹ ਵੁਹਾਨ ਦੇ ਵਿੱਚੋਂ ਦੀ ਨਿਕਲਦਾ। ਉੱਥੋਂ ਸਾਰੀ ਗਲੋਬਲ ਸਪਲਾਈ ਚੇਨ ਜਿਹੜੀ ਹੈ ਉਹ ਉੱਥੋਂ ਦੀ ਹੋਲਟ 'ਤੇ ਆ ਗਈ। ਉੱਥੋਂ ਸਮਾਨ ਨਹੀਂ ਚੱਲਿਆ, ਜਦੋਂ ਚਾਈਨਾ ਦੇ ਵਿੱਚ ਚਾਈਨਾ ਦਾ ਬਾਈਕਾਟ ਕੀਤਾ ਉਸ ਤੋਂ ਬਾਅਦ ਸਮਾਨ ਉੱਥੋਂ ਦੀ ਨਹੀਂ ਆਇਆ। ਜਦੋਂ ਉੱਥੋਂ ਦੀ ਸਮਾਨ ਨਹੀਂ ਆਇਆ, ਮੰਨ ਲਓ ਹਿੰਦੁਸਤਾਨ 'ਚ ਆਉਂਦਾ ਸੀ, ਆਟੋਮੋਬਾਈਲ ਸੈਕਟਰ ਦੇ ਵਿੱਚ ਕੋਈ ਪਾਰਟ ਆਉਂਦਾ ਸੀ, ਕੋਈ ਦਵਾਈਆਂ ਦਾ ਪਾਰਟ ਆਉਂਦਾ ਸੀ ਜਿਹੜਾ ਹਿੰਦੁਸਤਾਨ ਦੇ ਵਿੱਚ ਆ ਕੇ ਬਣਦਾ ਸੀ, ਉਸ ਤੋਂ ਬਾਅਦ ਅੱਗੇ ਉਹ ਯੂਰਪ 'ਚ ਜਾਂਦਾ ਸੀ, ਯੂਰਪ ਤੋਂ ਅਮਰੀਕਾ ਦੇ ਵਿੱਚ ਜਾਂਦਾ ਸੀ, ਉਹ ਸਾਰੀ ਦੀ ਸਾਰੀ ਸਪਲਾਈ ਚੇਨ ਜਿਹੜੀ ਹੈ ਖੜ ਗਈ ਹੈ। ਉਹਦੇ ਨਾਲ ਹੋਇਆ ਕੀ ਹੈ, ਵਰਲਡ ਓਵਰ ਜਦੋਂ ਕੰਪਨੀਜ਼ ਠੱਪ ਹੋ ਗਈਆਂ, ਜਿਹੜਾ ਤੁਹਾਡਾ ਅੱਜ ਦਾ ਮੁੱਦਾ ਵੀ ਹੈ, ਜਦੋਂ ਕੰਪਨੀਜ਼ ਜਿਹੜੀਆਂ ਉਹਨਾਂ ਦੇ ਵਿੱਚ ਕਾਰੋਬਾਰ ਠੱਪ ਹੋ ਗਿਆ, ਨੈਚੁਰਲੀ ਜਿਹੜੇ ਲੋਕਾਂ ਨੇ ਪੈਸਾ ਕੰਪਨੀਜ਼ ਦੇ ਵਿੱਚ ਲਾਇਆ ਹੋਇਆ ਸੀ ਉਹਨਾਂ ਨੇ ਪੈਸਾ ਪੁੱਲ ਆਊਟ ਕਰਨਾ ਸ਼ੁਰੂ ਕਰਤਾ, ਵਿਦਡਰਾਅ ਕਰਨਾ ਸ਼ੁਰੂ ਕਰਤਾ। ਇਹਦਾ ਜਿਹੜਾ ਇੰਪੈਕਟ ਆ ਰਿਹਾ ਉਹ ਆ ਰਿਹਾ ਸਾਨੂੰ ਸਟਾਕ ਮਾਰਕੀਟ ਦੇ ਉੱਤੇ। ਜਿਹੜਾ ਸਟਾਕ ਮਾਰਕੀਟ 'ਚੋਂ ਹਿੰਦੁਸਤਾਨ 'ਚੋਂ ਪੈਸਾ ਜਾ ਰਿਹਾ ਜਾਂ ਵਰਲਡ ਓਵਰ ਜਿਹੜਾ ਪੈਸਾ ਨਿਕਲ ਰਿਹਾ ਉਹ ਗੋਲਡ ਦੇ ਵਿੱਚ ਲੱਗ ਰਿਹਾ, ਸਟਾਕ ਮਾਰਕੀਟਸ ਦੇ ਵਿੱਚੋਂ ਦੀ ਨਿਕਲ ਕੇ, ਕਿਉਂਕਿ ਲੋਕਾਂ ਨੂੰ ਪਤਾ ਵੀ ਸਟਾਕ ਮਾਰਕੀਟ ਜਦੋਂ ਨਹੀਂ ਚੱਲ ਰਹੀ, ਜਦੋਂ ਕੰਮ ਹੀ ਨਹੀਂ ਹੋ ਰਿਹਾ, ਸਟਾਕ ਮਾਰਕੀਟ ਉੱਤੋਂ ਉੱਤੇ ਕਿੱਦਾਂ ਜਾ ਸਕਦੀ ਹੈ। ਹੁਣ ਆਉਂਦੇ ਹਾਂ ਦੂਜਾ ਸਵਾਲ ਤੋਂ, ਜਿਹੜਾ ਤੁਸੀਂ ਗੱਲ ਕੀਤੀ ਰੁਜ਼ਗਾਰ ਦੀ, ਜਦੋਂ ਕੰਮ ਨਹੀਂ ਚੱਲੇਗਾ, ਜਦੋਂ ਮਾਰਕੀਟਸ ਨਹੀਂ ਚੱਲਣਗੀਆਂ, ਜਦੋਂ ਇੱਥੇ ਬਿਜ਼ਨਸਿਸ ਜਿਹੜੇ ਨਹੀਂ ਚੱਲਣਗੇ, ਜਦੋਂ ਪ੍ਰੋਡਕਸ਼ਨ ਨਹੀਂ ਹੋਏਗੀ, ਮੈਨੂਫੈਕਚਰਿੰਗ ਨਹੀਂ ਹੋਏਗੀ, ਤਾਂ ਨੈਚੁਰਲੀ ਜਿਹੜੀ ਇੰਪਲੋਇਮੈਂਟ ਹੈ ਉਹ ਥੱਲੇ ਜਾਏਗੀ। ਹਿੰਦੁਸਤਾਨ ਨੂੰ ਇਹਦਾ ਖਮਿਆਜ਼ਾ ਜ਼ਿਆਦਾ ਭੁਗਤਣਾ ਪੈਣਾ, ਹੋਰ ਜ਼ਿਆਦਾ ਆਉਣ ਵਾਲੇ ਦਿਨਾਂ 'ਚ ਭੁਗਤਣਾ। ਤੁਹਾਡੇ ਹਿਸਾਬ ਦੇ ਨਾਲ ਇਸ ਸਭ ਦੇ ਲਈ ਚਾਈਨਾ ਜ਼ਿੰਮੇਵਾਰ ਹੈ ਜਾਂ ਅਮਰੀਕਾ ਜ਼ਿੰਮੇਵਾਰ? ਦੋਨੇ ਜ਼ਿੰਮੇਵਾਰ ਹੈ ਜੀ, ਅਮਰੀਕਾ ਨੇ ਉਹਦੀ ਪਾਪੂਲੈਰਿਟੀ ਬਹੁਤ ਜ਼ਿਆਦਾ ਕਰਤੀ। ਠੀਕ ਹੈ ਡਾਕਟਰ ਅਗਰਵਾਲ, ਮੈਂ ਇੱਕ ਸਵਾਲ ਤੁਹਾਡਾ ਜ਼ਰੂਰ ਕਰਨਾ ਚਾਹੁੰਦਾ, ਜਿਹੜਾ ਮਾਸਕ ਅਤੇ ਸੈਨੀਟਾਈਜ਼ਰ ਦੀ ਗੱਲ ਕੀਤੀ ਜਾ ਰਹੀ ਹੈ, ਮੈਂ ਤਾਂ ਛੋਟੇ ਹੁੰਦੇ ਤੋਂ ਜੋ ਪੜਿਆ ਜੋ ਸੁਣਿਆ ਉਹ ਕਹਿੰਦੇ ਜੇ ਤੁਸੀਂ ਚੰਗੀ ਤਰ੍ਹਾਂ ਹੈਂਡ ਵਾਸ਼ ਤੁਹਾਡੇ ਕੋਲ ਚੰਗਾ ਹੈਗਾ, ਉਹਦੇ ਨਾਲ ਤੁਸੀਂ ਹੱਥ ਧੋ ਲੈਂਦੇ ਹੋ, ਉਹ ਸਫੀਸ਼ੀਐਂਟ ਹੈ ਕਿਆ? ਮਾਸਕ ਦੀ ਜ਼ਰੂਰਤ ਤੁਹਾਨੂੰ ਉਦੋਂ ਪੈਂਦੀ ਜਦੋਂ ਤੁਸੀਂ ਭੀੜ ਭਾੜ ਵਾਲੇ ਇਲਾਕਿਆਂ 'ਚ ਜਾਓ ਜਾਂ ਹੋਸਪਿਟਲ ਵਿੱਚ ਜਾਓ ਜਿੱਥੇ ਕਿ ਆਈਸੋਲੇਸ਼ਨ ਵਾਰਡ ਵਗੈਰਾ ਸਭ ਕੁਝ ਬਣਿਆ ਹੋਇਆ। ਸਵਾਲ ਇਹ ਹੈਗਾ, ਅਸੀਂ ਮਾਸਕ ਅਤੇ ਸੈਨੀਟਾਈਜ਼ਰ ਤਾਂ ਹਰ ਘਰ 'ਚ ਵੇਚਣਾ ਸ਼ੁਰੂ ਕਰਤਾ, ਸੈਨੀਟਾਈਜ਼ਰ ਅਸੀਂ ਇੰਨੇ ਮਹਿੰਗੇ ਕਰਤੇ ਕਿ ਇੱਥੇ ਇੱਕ ਫਰਜ਼ੀ ਫੈਕਟਰੀ ਵੀ ਫੜੀ ਗਈ ਆ, ਮਾਸਕ ਅਸੀਂ ਇਹ ਮਹਿੰਗੇ ਕਰਤੇ ਗਏ, N95 ਅਲਕੋਹਲਿਕ ਪਤਾ ਨਹੀਂ ਕੀ ਕੁਛ ਕਹਿ ਰਿਹਾ, ਮੈਨੂੰ ਤਾਂ ਭੁੱਲ ਜਾਂਦੀਆਂ ਚੀਜ਼ਾਂ ਜਿਹੜੀਆਂ ਨਵੇਂ ਨਵੇਂ ਪੇਸ਼ ਕੀਤੇ। ਜ਼ਰੂਰੀ ਹੈਗਾ ਮਾਸਕ ਸੈਨੀਟਾਈਜ਼ਰ? ਨਹੀਂ ਤਾਂ ਤੁਸੀਂ ਪਾ ਕੇ ਬੈਠੋ, ਮੈਂ ਹੀ ਪਾ ਲੈਣਾ ਹੁਣੇ, ਮੰਗਾ ਲੈਣਾ ਬ੍ਰੇਕ 'ਚੋਂ। ਇਹ ਬੇਸਿਕਲੀ ਸਭ ਡਰ ਦਾ ਨਤੀਜਾ ਹੈ। ਬੇਸਿਕਲੀ ਇਹਦੇ ਵਿੱਚ ਮਾਸਕ ਦੀ ਰਿਕੁਆਇਰਮੈਂਟ ਬੜੀ ਕਲੀਅਰ ਕੱਟ ਇੰਡੀਕੇਸ਼ਨਸ ਹੈਗੀਆਂ ਜਿਹੜੀਆਂ ਗਵਰਨਮੈਂਟ ਆਫ ਇੰਡੀਆ ਨੇ ਵੀ ਦਿੱਤੀਆਂ ਅਤੇ WHO ਵੱਲੋਂ ਵੀ ਆਈਆਂ, ਜਿਹਦੇ ਵਿੱਚ ਮਾਸਕ, ਮੈਡੀਕਲ ਮਾਸਕ ਜਾਂ ਇੱਕ ਕਹਿ ਲਓ ਰੈਸਪੀਰੇਟਰ, ਇਹ ਪੇਸ਼ੈਂਟਸ ਜਾਂ ਪੇਸ਼ੈਂਟ ਨੂੰ ਟ੍ਰੀਟ ਕਰਨ ਵਾਲੇ ਜਿਹੜੇ ਕੇਅਰ ਗਿਵਰਸ ਹੈਗੇ ਆ ਉਹਨਾਂ ਵਾਸਤੇ ਇੰਪੋਰਟੈਂਟ ਹੈ। ਜਿਹੜੇ ਬੰਦੇ ਅਸਿਮਟੋਮੈਟਿਕ ਹੈਗੇ ਆ, ਜਿਨ੍ਹਾਂ ਨੂੰ ਕੋਈ ਸਿਮਟਮ ਹੀ ਨਹੀਂ ਹੈ, ਜਾਂ ਨੋਰਮਲ ਪਬਲਿਕ ਜਿਹੜੀ ਬਾਜ਼ਾਰ 'ਚ ਘੁੰਮ ਰਹੀ ਹੈ ਜਾਂ ਕਿਤੇ ਵੀ ਘੁੰਮ ਰਹੀ ਹੈ, ਉਹਨਾਂ ਨੂੰ ਮਾਸਕ ਪਾਉਣ ਦਾ ਫਾਇਦਾ ਨਹੀਂ, ਉਲਟਾ ਨੁਕਸਾਨ ਹੋ ਸਕਦਾ, ਕਿਉਂਕਿ ਉਹ ਮਾਸਕ ਦੇ ਵਿੱਚ 8-9 ਘੰਟੇ ਜੋ ਲਗਾਉਣਗੇ ਅਤੇ ਉਹਦੇ ਵਿੱਚ ਅੰਦਰ ਇੱਕ ਤਰ੍ਹਾਂ ਦੀ ਕਈ ਸਟੱਡੀਜ਼ ਹੋਈਆਂ ਜਿਹੜਾ 'ਚ ਕਈਆਂ ਨੇ ਇਹ ਵੀ ਕਿਹਾ ਕਿ ਇਹ ਮਾਸਕ ਪਾਉਣ ਦਾ ਨੁਕਸਾਨ ਹੈਗਾ ਉਲਟਾ। ਅਤੇ ਇਸ ਕਰਕੇ ਮਾਸਕ ਦੀਆਂ ਕਲੀਅਰ ਕੱਟ ਇੰਡੀਕੇਸ਼ਨਸ ਹੈਗੀਆਂ ਜਿਹਦੇ ਵਿੱਚ ਪੇਸ਼ੈਂਟ ਜਾਂ ਜਿਹੜਾ ਕਨਫਰਮ ਪੇਸ਼ੈਂਟ ਹੈਗਾ ਜਾਂ ਪੇਸ਼ੈਂਟ ਜਿਹਨੂੰ ਸਸਪੈਕਟਡ ਕੋਰੋਨਾ ਵਾਇਰਸ ਇਨਫੈਕਸ਼ਨ ਹੈਗਾ ਜਾਂ ਫਿਰ ਜਿਹੜੇ ਕੇਅਰ ਗਿਵਰਸ ਹੈਲਥ ਵਰਕਰਸ ਹੈ ਜਿਹੜੇ ਉਹਨਾਂ ਨੂੰ ਦੇਖ ਰਹੇ ਨੇ, ਉਹਨਾਂ ਨੂੰ ਇਸ ਮਾਸਕ ਪਾਉਣ ਦੀ ਲੋੜ ਹੈ। ਜਿਹਦੇ ਵਿੱਚ ਬਾਕੀ ਕਿਸੇ ਵੀ ਪੇਸ਼ੈਂਟ ਨੂੰ ਜਾਂ ਕਿਸੇ ਵੀ ਹੋਰ ਬਿਮਾਰੀ ਦੇ ਮਰੀਜ਼ ਨੂੰ ਜਾਂ ਕਿਸੇ ਨੋਰਮਲ ਪਬਲਿਕ ਨੂੰ ਮਾਸਕ ਪਾਉਣ ਦਾ ਕੋਈ ਫਾਇਦਾ ਨਹੀਂ ਹੈ। ਸੈਨੀਟਾਈਜ਼ਰ ਦੀ ਲੋੜ ਹੈਗੀ? ਸੈਨੀਟਾਈਜ਼ਰ WHO ਵੱਲੋਂ ਰਿਕਮੈਂਡਡ ਹੈ। 70% ਐਲਕੋਹਲ ਤੋਂ ਵੱਧ ਵਾਲੇ ਜਿਹੜੇ ਸੈਨੀਟਾਈਜ਼ਰ ਹੈਗੇ ਆ, ਆਈਸੋਪ੍ਰੋਪਾਈਲ ਐਲਕੋਹਲ ਜਾਂ ਇਥਨੋਲ ਵਾਲੇ, ਇਹਨਾਂ ਨੂੰ ਇਹ ਬੇਸਿਕਲੀ ਦੇ ਹੈਵ ਬੀਨ ਪ੍ਰੂਵਡ ਕੀ ਹੈ, ਇਹ ਜਿਹੜੇ ਹੈਗੇ ਆ ਜੇ ਕਲੀਅਰਲੀ ਇਹਨੂੰ ਯੂਜ਼ ਕੀਤਾ ਜਾਵੇ ਅਤੇ ਇਹਦੇ ਨਾਲ ਜਿਹੜਾ ਵਾਇਰਸ ਹੈ ਜਿਹੜਾ ਆਪਾਂ ਟੱਚ ਨਾਲ ਜਿਹੜਾ ਆਪਾਂ ਹੱਥ ਲਗਾਉਂਦੇ ਹਾਂ ਕਿਸੇ ਵੀ ਗਲਤ ਗੰਦੀ ਚੀਜ਼ ਨੂੰ, ਜੇ ਅਸੀਂ ਉਹ ਹੱਥ ਆਪਣੇ ਨੱਕ 'ਚ ਜਾਂ ਮੂੰਹ 'ਚ ਲਗਾਈਏ ਤਾਂ ਦੈਟ ਇਜ਼ ਵਨ ਵੇ ਜਿਹੜੇ ਨਾਲ ਉਹ ਵਾਇਰਸ ਤੁਹਾਡੇ ਅੰਦਰ ਜਾਂਦਾ। ਚੰਗਾ ਹੈਂਡ ਵਾਸ਼ ਕੰਮ ਨਹੀਂ ਕਰੇਗਾ? ਚੰਗਾ ਹੈਂਡ ਵਾਸ਼ ਵੀ ਕੰਮ ਕਰੇਗਾ, ਬਟ ਜਿੱਥੇ ਤੁਸੀਂ ਰਿਪੀਟਡਲੀ ਪੇਸ਼ੈਂਟਸ ਨਾਲ ਡੀਲ ਕਰ ਰਹੇ ਹੋ, ਮੈਂ ਉਹੀ ਕਹਿ ਰਿਹਾ ਨਾ, ਪੇਸ਼ੈਂਟਸ ਨਾਲ ਡੀਲ ਕਰਨ ਵੇਲੇ ਹੀ ਲੋੜ ਹੈ ਜ਼ਿਆਦਾ। ਐਗਜੈਕਟਲੀ, ਜਾਂ ਭੀੜ ਭਾੜ ਵਾਲੇ ਇਲਾਕਿਆਂ 'ਚ ਜਾਣ ਵੇਲੇ ਹੀ ਲੋੜ ਹੈ ਜ਼ਿਆਦਾ। ਐਗਜੈਕਟਲੀ, ਇਹਦੀ ਕਲੀਅਰ ਕੱਟ ਇੰਡੀਕੇਸ਼ਨ। ਫਿਰ ਮਾਸਕ ਸੈਨੀਟਾਈਜ਼ਰ ਇੰਨੇ ਕਿਉਂ ਵੇਚਦੇ ਸਾਰੇ ਨੇ? ਬੇਸਿਕਲੀ ਰਿਕਮੈਂਡ ਕਰਦੇ ਹੋ? ਇਹ ਬੇਸਿਕਲੀ ਡਰ ਹੈ, ਜਿਹੜਾ ਇੱਕ ਹਿਊਮਨ ਨੇਚਰ ਕਹਿ ਲਓ ਕਿ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਨਵੀਂ ਬਿਮਾਰੀ ਮਹਾਂਮਾਰੀ ਆਉਂਦੀ ਹੈ ਤਾਂ ਲੋਕੀ ਉਹਨੂੰ ਪੂਲ ਅਪ ਕਰਨ ਦੀ ਕੋਸ਼ਿਸ਼ ਕਰਦੇ ਆ, ਉਸੇ ਤਰ੍ਹਾਂ ਦੀ ਲੋਕ ਡਰੇ ਹੋਏ ਆ ਜਾਂ ਮੈਡੀਕਲ ਇੰਡਸਟਰੀ ਨੇ ਡਰਾਤਾ? ਬੇਸਿਕਲੀ ਹਿਊਮਨ ਨੇਚਰ ਹੈ, ਮੈਂ ਬੇਸਿਕਲੀ ਮੈਂ ਤਾਂ ਇਹ ਕਹਾਂਗਾ ਕਿ ਲੋਕੀ ਜ਼ਿਆਦਾ ਡਰੇ ਹੋਏ ਆ, ਲੋਕੀ ਜ਼ਿਆਦਾ ਡਰੇ ਹੋਏ ਆ, ਤੇ ਦੈਟਸ ਅ ਵਿਸ਼ੀਅਸ ਸਰਕਲ ਇੱਕ ਤਰ੍ਹਾਂ ਦਾ। ਠੀਕ ਹੈ, ਮੈਂ ਥੋੜਾ ਬ੍ਰੇਕ ਲਵਾਂਗਾ, ਬੇਦੀ ਸਾਹਿਬ ਮੈਂ ਤੁਹਾਡੇ ਕੋਲ ਵਾਪਸ ਆਉਂਗਾ, ਇਹੀ ਸਵਾਲ ਤੁਹਾਡੇ ਤੋਂ ਮੈਂ ਜ਼ਰੂਰ ਲੈਣਾ ਹੈਗਾ। ਕੋਰੋਨਾ ਵਾਇਰਸ ਕੀ ਠੱਪ ਕੀ ਅਪ, ਮੈਡੀਕਲ ਇੰਡਸਟਰੀ ਅਪ ਹੋ ਗਈ ਆ, ਕਿੱਥੋਂ ਦੀ ਅਪ ਹੋਈ ਆ ਸਵਾਲ ਆਪਣਿਆਂ ਵਿੱਚ ਵੱਡਾ ਹੈਗਾ, ਕਿੱਥੋਂ ਦੀ ਇੰਡਸਟਰੀ ਠੱਪ ਹੋਈ ਆ ਸਵਾਲ ਆਪਣਿਆਂ ਵਿੱਚ ਵੱਡਾ ਹੈਗਾ, ਕਿਹੜੀਆਂ ਕੰਟਰੀਜ਼ ਹੈ
ਸਾਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ ਕਰੋਨਾ ਵਾਇਰਸ ਦੀ ਦਹਿਸ਼ਤ ਦੇ ਖਾਤਮੇ ਲਈ ਕਿਹੜੇ ਆਪਰੇਸ਼ਨ ਦੀ ਲੋੜ ਹੈ। ਡਾਕਟਰ ਬੇਦੀ, ਮੈਂ ਸਵਾਲ ਇੱਕ ਛੱਡ ਕੇ ਗਿਆ ਸੀਗਾ ਕਿ ਅਸੀਂ ਕਿਸ ਤਰੀਕੇ ਨਾਲ ਪਰਖ ਸਕਦੇ ਹਾਂ, ਦੇਖ ਸਕਦੇ ਹਾਂ, ਕਿਉਂਕਿ ਅਸੀਂ ਏਅਰਪੋਰਟਸ ਦੇ ਉੱਤੇ ਸਕੈਨਰ ਲਾਤੇ ਆ, ਹੋਸਪਿਟਲਸ ਦੇ ਬਾਹਰ ਹੈ, PGI ਦੇ 5 ਗੇਟ ਹੈ, ਹਾਈ ਕੋਰਟ ਦੇ 4-5 ਗੇਟ ਹੈ, ਅਸੀਂ ਉਹਨਾਂ 'ਤੇ ਸਾਰਾ ਕੁਛ ਕਰਤਾ, ਇਸ ਸਭ ਦੇ ਬਾਵਜੂਦ ਸਾਨੂੰ ਸਾਡੇ ਡਾਕਟਰਾਂ ਨੂੰ ਜਾਂ ਸਾਡੇ ਸਿਸਟਮ ਨੂੰ ਇਹ ਸਮਝ ਕਿਉਂ ਨਹੀਂ ਆਇਆ ਕਿ ਇਹ ਕਰੋਨਾ ਵਾਇਰਸ ਨਾਲ ਪੀੜਤ ਹੈ ਬੰਦਾ ਜਾਂ ਨਹੀਂ ਹੈ। ਦੇਖੋ ਇਸ ਤਰ੍ਹਾਂ ਹੈਗਾ ਕਿ ਇਹ ਜਿਹੜਾ ਇਹ ਅੱਜ ਜਿਹੜਾ ਕਰੋਨਾ ਵਾਇਰਸ ਆਇਆ ਹੈ, ਕੱਲ੍ਹ ਨੂੰ ਕੋਈ ਹੋਰ ਇਹੋ ਜਿਹੀ ਬਿਮਾਰੀ ਆ ਸਕਦੀ ਹੈ, ਸਾਨੂੰ ਸਿਸਟਮਸ ਬਣਾਉਣੇ ਪੈਣਗੇ। ਅਨਫੋਰਚੁਨੇਟਲੀ ਇੰਡੀਆ ਦੇ ਵਿੱਚ ਅਸੀਂ ਸਿਸਟਮ ਨਹੀਂ ਬਣਾਉਂਦੇ, ਅਸੀਂ ਪਹਿਲਾਂ ਤਿਆਰ ਨਹੀਂ ਹੁੰਦੇ, ਪ੍ਰਿਪੇਅਰ ਨਹੀਂ ਹੁੰਦੇ, ਅਸੀਂ ਪ੍ਰਿਕੋਸ਼ਨ ਨਹੀਂ ਲੈਂਦੇ, ਸਾਡੇ ਕੋਲ ਇਹੋ ਜਿਹਾ ਸਰਵੇਲੈਂਸ ਦਾ ਇਹੋ ਜਿਹਾ ਮਸ਼ੀਨਰੀ ਨਹੀਂ ਹੈ ਜਿਹੜਾ ਕਿ ਸਾਨੂੰ ਇਮੀਡੀਏਟਲੀ ਦੱਸ ਸਕੇ। ਜੇ ਹੁਣ ਤੁਸੀਂ ਗੱਲ ਕਰਦੇ ਹੋ ਇਟਲੀ ਵਿੱਚ ਮੌਤਾਂ ਵੀ ਹੋਈਆਂ, ਬਟ ਇਟਲੀ ਵਿੱਚ ਕੇਸ ਵੀ ਬਹੁਤ ਡਿਟੈਕਟ ਹੋਏ ਨੇ। ਹੁਣ ਉਹਦੇ ਕਰਕੇ ਕਿਉਂ ਹੋਈ ਹੈ, ਕਿਉਂਕਿ ਉੱਥੇ ਡਿਟੈਕਸ਼ਨ ਇੰਨੀ ਜ਼ਿਆਦਾ ਸਟਰੋਂਗ ਹੈ, ਇੰਨੀ ਫਾਸਟ ਹੋਈ ਹੈ, ਉਹਦੇ ਕਰਕੇ ਉਹਨਾਂ ਨੂੰ ਸਕਰੀਨਿੰਗ ਜਿਹੜੀ ਹੈ ਉਹਨਾਂ ਨੇ ਬੜੀ ਫਾਸਟ ਕੀਤੀ ਹੈ। ਇੰਡੀਆ ਦੇ ਵਿੱਚ ਦੋ ਗੱਲਾਂ ਹੈਗੀਆਂ, ਇੱਕ ਤਾਂ ਸਾਡਾ ਸਕਰੀਨਿੰਗ ਕਰਨ ਦਾ ਜਿਹੜਾ ਆਪਰੇਟਸ ਹੈ ਜਾਂ ਮੈਕਨਿਜ਼ਮ ਹੈ ਜਾਂ ਡਿਪਾਰਟਮੈਂਟ ਹੈ, ਉਹ ਬਹੁਤ ਹੀ ਜ਼ਿਆਦਾ ਲੋਅਰ ਲੈਵਲ 'ਤੇ ਆਪਰੇਟ ਕਰਦਾ, ਔਰ ਦੂਸਰੀ ਗੱਲ ਇਹ ਹੈ ਕਿ ਅਸੀਂ ਬਿਊਰੋਕਰੈਟਿਕ ਇੱਕ ਮਾਹੌਲ ਦੇ ਵਿੱਚ ਅਸੀਂ ਪੈਦਾ ਹੋਏ ਹੋਏ ਹਾਂ, ਔਰ ਉਸ ਨੂੰ ਅਸੀਂ ਅਗਰ ਮੈਂ ਕਹਿ ਦੇਵਾਂ ਕਿ ਵੀ ਜੀ ਮੇਰੇ ਹਸਪਤਾਲ 'ਚ ਕੋਈ ਕਰੋਨਾ ਦਾ ਕੇਸ ਆਇਆ ਹੈ, ਤਾਂ ਉਹ ਇੱਕ ਮੇਰੇ ਉੱਤੇ ਇੱਕ ਪ੍ਰੋਬਲਮ ਖੜੀ ਹੋ ਜਾਏਗੀ। ਇਸ ਕਰਕੇ ਅਸੀਂ ਇਸ ਨੂੰ ਨਾ ਤਾਂ ਵਧਾਉਣਾ ਚਾਹੀਦਾ ਔਰ ਨਾ ਹੀ ਇਹਨੂੰ ਘਟਾਉਣਾ ਚਾਹੀਦਾ। ਇਹਦੀ ਜਿਹੜੀ ਨੋਰਮਲ ਜਿਹੜੀ ਸਰਵੇਲੈਂਸ ਹੈ ਉਹ ਇੰਨੀ ਇੰਪੋਰਟੈਂਟ ਹੈਗੀ ਹੈ, ਡਰਨ ਤੋਂ ਬਿਨਾਂ ਪ੍ਰੀਕੋਸ਼ਨ ਰੱਖਣਾ ਔਰ ਪ੍ਰੋਪਰ ਸਰਵੇਲੈਂਸ ਜਿਹੜੀ ਹੈਗੀ ਹੈ, ਦੈਟ ਇਜ਼ ਦ ਕੀ ਟੂ। ਠੀਕ ਹੈ ਡਾਕਟਰ ਬੇਦੀ, ਤੁਸੀਂ ਥੋੜ੍ਹਾ ਖੁੱਲ੍ਹ ਕੇ ਬੋਲਿਓ, ਚਲੋ ਮੈਨੂੰ ਚੰਗਾ ਲੱਗਿਆ। ਮੈਂ ਇੱਕ ਸਵਾਲ ਤੁਹਾਨੂੰ ਕਰਨਾ ਚਾਹੁੰਦਾ, ਅਸੀਂ 26 ਡਾਕਟਰਾਂ ਨੂੰ ਫੋਨ ਕੀਤਾ ਸਾਡੀ ਟੀਮ ਨੇ, 26 ਡਾਕਟਰਾਂ ਵਿੱਚੋਂ ਤੁਸੀਂ 2 ਡਾਕਟਰ ਹੋ ਜਿਹੜੇ ਇਸ ਮੁੱਦੇ 'ਤੇ ਬੋਲਣ ਲਈ ਤਿਆਰ ਹੋਏ ਆ, ਬਾਕੀ ਸਾਰੇ ਭੱਜ ਗਏ। ਤੁਹਾਡੀ ਕਮਿਊਨਿਟੀ ਭੱਜਦੀ ਕੋਈ ਪਈ ਹੈ? ਨਹੀਂ, ਸਾਡੀ ਕਮਿਊਨਿਟੀ ਭੱਜਦੀ ਨਹੀਂ ਪਈ ਹੈ, ਸਿਰਫ ਅਸੀਂ ਮੈਂ ਹੁਣ ਜਿਹੜਾ ਤੁਸੀਂ ਸਵਾਲ ਕੀਤਾ ਹੈ, ਮੈਂ ਇਹਦੇ IMA ਦਾ ਪ੍ਰਤੀਨਿਧੀ ਹੋਣ ਦੇ ਨਾਤੇ ਮੈਂ ਇਹਦਾ ਜਵਾਬ ਦਊਂਗਾ। ਹੁਣ ਪ੍ਰੋਬਲਮ ਕੀ ਹੋ ਰਹੀ ਹੈ ਇੰਡੀਆ ਦੇ ਵਿੱਚ, ਹੈਲਥ ਜਿਹੜੀ ਹੈਗੀ ਆ ਉਹ ਇਗਨੋਰ ਹੋ ਰਹੀ ਹੈ। GDP 'ਤੇ ਮੈਂ ਆਊਂਗਾ ਹੁਣ, ਕਿਉਂਕਿ ਹਾਲਾਂਕਿ ਸਮੇਂ ਨਹੀਂ ਹੈ, ਕਿ ਜਦ ਤੱਕ ਤੁਸੀਂ ਹੈਲਥ ਦਾ ਬਜਟ ਨਹੀਂ ਵਧਾਓਗੇ, ਉੱਥੇ ਬੇਸਿਕ ਜਿਹੜੀ ਹੈ ਪ੍ਰਾਇਮਰੀ ਹੈਲਥ, ਪਬਲਿਕ ਹੈਲਥ, ਇਹਨਾਂ ਦੀ ਜਿਹੜੀ ਹੈਗੀ ਹੈ ਉਹਨਾਂ ਨੂੰ ਤੁਸੀਂ ਉਠਾਓਗੇ ਨਹੀਂ, ਤੁਹਾਡੇ ਕੋਲ ਇਨਫਰਾਸਟਰਕਚਰ ਨਹੀਂ ਹੈ, ਤੁਹਾਡੇ ਕੋਲ ਸਟਾਫ ਨਹੀਂ ਹੈ, ਤੁਸੀਂ ਅੱਜ ਆਈਸੋਲੇਸ਼ਨ ਦੀ ਗੱਲ ਕਰਦੇ ਹੋ, ਤੁਹਾਡੇ ਕੋਲ ਇਹੋ ਜਿਹੇ ਹਸਪਤਾਲ ਨਹੀਂ ਹੈ ਜਿੱਥੇ ਤੁਸੀਂ ਬਣਾ ਸਕੋ। ਅੱਜ ਤੁਸੀਂ ਕਹਿੰਦੇ ਹੋ ਜੀ ਮਨੇਸਰ ਮੈਂ ਇੱਥੇ ਬਣਾ ਦਿੱਤਾ, ਇੱਥੇ ਬਣਾ ਦਿੱਤਾ, 125 ਕਰੋੜ ਦੀ ਆਬਾਦੀ ਹੈਗੀ ਹੈ। ਜੇ ਇਹ ਜਿਵੇਂ ਚਾਈਨਾ 'ਚ ਹੈਗਾ, ਕੋਈ ਪਤਾ ਨਹੀਂ ਕੱਲ੍ਹ ਨੂੰ ਹਰ 2 ਮਹੀਨੇ ਤੱਕ ਇਹਦਾ ਕੀ ਰੁੱਖ ਤਿਆਰ ਹੁੰਦਾ ਹੈ, ਅਤੇ ਡੂ ਯੂ ਥਿੰਕ ਕਿ ਇੰਡੀਆ 125 ਕਰੋੜ ਦੀ ਆਬਾਦੀ ਇਹ ਆਈਸੋਲੇਸ਼ਨ ਦੇ ਨਾਲ ਇਸ ਨੂੰ ਅਸੀਂ ਕੰਟਰੋਲ ਕਰ ਪਾਉਂਗੇ? ਤੁਸੀਂ ਕਹਿ ਰਹੇ ਹੋ ਹੈਲਥ ਏਜੰਡੇ 'ਤੇ ਨਹੀਂ ਹੈਗੀ, ਪਰ ਜਦੋਂ ਕੋਈ ਮੁਸੀਬਤ ਨੂੰ ਟੱਕਣਾ ਹੋਵੇ ਉਦੋਂ ਹੈਲਥ ਨੂੰ ਏਜੰਡਾ ਬਣਾ ਲਿਆ ਜਾਂਦਾ। ਐਗਜੈਕਟਲੀ। ਹਾਂ ਡਾਕਟਰ ਅਗਰਵਾਲ, ਮੈਂ ਤੁਹਾਡੇ ਤੋਂ ਥੋੜ੍ਹੀ ਚੀਜ਼ਾਂ ਸਮਝਣਾ ਚਾਹੁੰਦਾ। ਜੇ ਮੰਨ ਲਓ ਹੁਣ ਅਸੀਂ ਇੱਕ ਆਮ ਬੰਦੇ ਨੂੰ ਸਮਝਾਉਣਾ ਕਿ ਕਰੋਨਾ ਤੋਂ ਬਚਣਾ ਕਿਵੇਂ ਹੈਗਾ, ਉਹਨੂੰ ਕੀ ਹਦਾਇਤਾਂ ਦਿਓਗੇ ਤੁਸੀਂ? ਸਭ ਤੋਂ ਪਹਿਲੀ ਗੱਲ ਕਿ ਡਰਦਾ ਨਹੀਂ ਹੈ, ਬੇਸਿਕਲੀ ਪ੍ਰੀਕੋਸ਼ਨਸ ਲੈਣੇ ਜ਼ਿਆਦਾ ਜ਼ਰੂਰੀ ਹੈ, ਬਜਾਏ ਇਹਦੇ ਉੱਤੇ ਪੈਨਿਕ ਹੋ ਕੇ ਪੂਲ ਕਰਨਾ ਜਾਂ ਚੀਜ਼ਾਂ ਜਾਂ ਸੈਨੀਟਾਈਜ਼ਰ ਓਵਰ ਯੂਜ਼ ਕਰਨਾ। ਸਭ ਤੋਂ ਪਹਿਲਾਂ ਸੈਨੀਟਾਈਜ਼ਰ ਵਰਟ ਵੀ ਕਰਦਾ ਸਾਨੂੰ, ਜੇ ਸੈਨੀਟਾਈਜ਼ਰ ਜ਼ਿਆਦਾ ਯੂਜ਼ ਕਰਦੇ ਹਾਂ ਜਿਹੜੇ ਸਾਡੇ ਗੁੱਡ ਬੈਕਟੀਰੀਆ ਹੁੰਦੇ ਨਹੀਂ, ਬੇਸਿਕਲੀ ਅਸੀਂ ਐਕਸਟਰਨਲ ਸਰਫੇਸਿਸ 'ਤੇ ਹੱਥ 'ਤੇ ਯੂਜ਼ ਕਰ ਰਹੇ ਹਾਂ, ਅਤੇ ਇਸ ਕਰਕੇ ਬੇਸਿਕਲੀ ਇਹ ਤਾਂ ਬੈਕਟੀਰੀਆ ਨੂੰ ਹੀ ਖਤਮ ਕਰੇਗਾ, ਬਟ ਓਵਰ ਯੂਜ਼ ਹੈ, ਕੋਈ ਸਕਿਨ ਐਲਰਜੀ, ਉਹ ਦੈਟ ਇਜ਼ ਅ ਡਿਫਰੈਂਟ ਥਿੰਗ। ਦੂਸਰੀ ਗੱਲ ਹੈ ਕਿ ਜਿਵੇਂ ਅੱਜ ਕੱਲ੍ਹ ਗੌਰਮੈਂਟ ਦੀ ਇੰਸਟਰਕਸ਼ਨਸ ਹੈਗੀਆਂ, ਜ਼ਿਆਦਾ ਟਰੈਵਲ ਜੇ ਅਨਸੈਸਰੀ ਟਰੈਵਲ ਹੈ ਉਹ ਨਾ ਕੀਤਾ ਜਾਵੇ, ਜਿਵੇਂ ਜ਼ਿਆਦਾ ਭੀੜ ਭੜਾਕੇ ਵਾਲੀ ਜਗ੍ਹਾ ਹੈਗੀਆਂ ਉੱਥੇ ਅਵੋਇਡ ਕੀਤਾ ਜਾਵੇ ਜਿੰਨਾ ਅਵੋਇਡ ਕੀਤਾ ਜਾ ਸਕਦਾ ਹੈਗਾ। ਆਪਣਾ ਰੂਟੀਨ 'ਚ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਉਹ 'ਚ ਕਰੋ, ਉਹਦੇ ਵਿੱਚ ਕੋਈ ਡਰਨ ਵਾਲੀ ਗੱਲ ਨਹੀਂ ਹੈ। ਨੌਨ ਵੈਜ ਤੋਂ ਕੋਈ ਖਤਰਾ ਤਾਂ ਨਹੀਂ ਹੈਗਾ ਨਾ? ਕਾਹਦੇ ਨਾਲ? ਨਹੀਂ, ਨੌਨ ਵੈਜ ਦਾ ਕੋਈ ਇਸ ਤਰ੍ਹਾਂ ਖੇਡਾ ਨਹੀਂ ਹੈਗਾ, ਫਲਾਇਆ ਜਾ ਰਿਹਾ ਨੌਨ ਵੈਜ ਨਾ ਖਾਓ, ਇਸ ਤਰ੍ਹਾਂ ਦਾ ਕੋਈ ਐਵੀਡੈਂਸ ਨਹੀਂ ਹੁੰਦਾ ਵੈਸੇ, ਮੈਂ ਨਹੀਂ ਖਾਂਦਾ ਗਾ ਇਹਦਾ। ਦੂਸਰੀ ਗੱਲ ਹੈ ਕਿ ਆਪਣਾ ਪ੍ਰੋਟੈਕਸ਼ਨ ਕਰਨਾ ਹੈ, ਜਿਹੜਾ ਬੰਦਾ ਕੋਈ ਜ਼ੁਕਾਮ ਖਾਂਸੀ ਨਾਲ ਹੈਗਾ ਉਹ ਬੇਸਿਕਲੀ ਪਰਸਨਲ ਐਟੀਕੇਟਸ ਜਿਹੜੇ ਪਬਲਿਕ ਸਪੇਸਿਸ 'ਤੇ ਹੁੰਦੇ ਆ ਇਹ ਵਰਤਣੇ ਬਹੁਤ ਜ਼ਰੂਰੀ ਹੈ, ਜਿਵੇਂ ਕਿੱਦਾਂ ਖਾਂਸੀ ਕਰਨੀ ਹੈ, ਕਿੱਦਾਂ ਸਨੀਜ਼ਿੰਗ ਕਰਨੀ ਹੈ, ਤਾਂ ਕਿ ਤੁਹਾਡੇ ਕਰਕੇ ਕਿਸੇ ਹੋਰ ਨੂੰ ਇਨਫੈਕਸ਼ਨ ਨਾ ਹੋਵੇ, ਉਹ ਕੋਰੋਨਾ ਹੋਵੇ ਭਾਵੇਂ। ਅੱਜ ਪਹਿਲੀ ਵਾਰੀ ਆ ਤੁਸੀਂ ਇਸ ਪੈਨਲ ਦੇ ਵਿੱਚ ਸਾਰੇ ਲੋਕ ਆਏ ਹੋ, ਮੈਂ ਅਕਸਰ ਸਾਰਿਆਂ ਨਾਲ ਹੱਥ ਮਿਲਾਉਣਾ ਡਿਬੇਟ ਸ਼ੁਰੂ ਹੋਣ ਤੋਂ ਪਹਿਲਾਂ, ਅੱਜ ਮੈਂ ਤੁਹਾਡੇ ਨਾਲ ਹੱਥ ਨਹੀਂ ਮਿਲਾਇਆ, ਚੰਗਾ ਕੀਤਾ ਮਾੜਾ ਕੀਤਾ? ਬਹੁਤ ਵਧੀਆ ਕੀਤਾ, ਕਿਉਂਕਿ ਹੈਂਡ ਟੂ ਹੈਂਡ ਕੰਟੈਕਟ ਨਾਲ ਵੀ ਇਹ ਟ੍ਰਾਂਸਮਿਸ਼ਨ ਹੁੰਦਾ ਹੈਗਾ, ਅਤੇ ਇਸ ਕਰਕੇ ਜਿਵੇਂ ਇੰਡੀਅਨ ਸਾਡਾ ਕਲਚਰ ਹੈਗਾ ਹੱਥ ਜੋੜ ਕੇ ਨਮਸਤੇ ਕਰਨ ਦਾ, ਇਹ ਹੁਣ ਸਾਰੀ ਸਾਰੇ ਕੰਟਰੀਜ਼ ਦੇ ਜਿਹੜੇ VVIPs ਹੈ
वो कर रहे हैं बहुत वधिया गल है क्योंकि परसनल प्रोटैक्शन दूसरे की प्रोटैक्शन सारियां दा एक रिस्पोंसिबिलिटी है जो सानू करनी चाहिए। ठीक है प्रोफेसर मनजीत सिंह हुण हाथ जोड़िया करिए फिर मजा नहीं आता साढ़े को हाथ फटाफट मिलाया जाता क्योंकि साढ़े पंजाबी तो जफ्फी पाते हैं पहला प्रधानमंत्री साहब जफ्फी पा लेंगे हर कोई जाके जे होगी देख लेंगे पहले क्यों डरी जाना मरन तो पहले क्यों मरना मैनू नहीं कोई बहुत नहीं प्रकॉशन मानते नहीं कुछ वो मनना करना चाहिए डॉक्टर भी चैलेंज करिए नहीं प्रकॉशन रखना चाहिए डॉक्टर कह रहे ना मानने करो गल ना पर जब तक कनैक्शन नहीं जुड़ता ना हम डॉक्टर वह प्रसा मैं कहना हम थोड़ी उम्र यह हो चुकी है इम्यूनिटी थोड़ी तो फर्क नहीं है इम्यूनिटी का प्रकॉशन डरे बिना सानू वर्तना जिहड़ा हैगा जरूरी है इस सलाह तो असी वख नहीं हो सकदे बिल्कुल ठीक है मैं कोई गल नहीं कहिंदा मैं कहिंदा पर वो जानी है बड़ा बेसवादा बहुत है सारा दूरों चली जाना चलो आप इन्हां तू समझ लेना कदों तक हाथ नहीं मिलने ठीक है जिन्ने भी प्रिकॉशन है अगली गल जिहड़ी मैं कहिंदा आ जिहड़ा तुसीं गल कहिंदे आ ना एड्डा हौआ जिहड़ा बनाउण दा तुसीं जिहड़ा पहला सवाल कीता उह बड़ा इंपोर्टेंट है दिल्ली दे विच हुण सारे स्कूल बंद यूनिवर्सिटियां बंद जे एन यू बंद दिल्ली यूनिवर्सिटी बंद सिनेमे बंद पहला ही सारे आप बाहरों जे आने से टूरिस्ट वो बंद 8.5 हज़ार करोड़ रुपया एक महीने का वो साढ़ा उड़ जाना है 17 लाख टूरिस्ट आने से वो सारे तो जे सारा कुछ बंद ही इधर सिनेमे जो बंद हो जाने तो जी बंबे की इंडस्ट्री थले चल जानी है उतों ही सेंसैक्स सारा चलता वो भी तो थले बंबे स्टॉक एक्सचेंज भी थले डिगनी धड़ा करके ये जी सारी चेन आ एड्डा वड्डा काम करने की जगह रौला ज़्यादा पाई जाते हैं सारे रौला पा के सारा वो हर कोई ये चाहता कि मैं पहला बंद करके सरकार को दस दें कि देखो मैं कितना काम कर सरकार ने कुछ चीज़ा प्रिकॉशन भी लिते हैं फिर इंश्योरेंस कंपनियों को ऑर्डर किए गए हैं फिर आइसोलेशन वार्ड है उन्होंने बनाए हैं डॉक्टर साहब सुन लिया नहीं ठीक साहब डॉक्टर साहब सुन रहे हैं ना डॉक्टर साहब जीडीपी की भी गल करते पे हेल्थ एजेंडे तो नहीं है वो भी गल करते पे नालों भी कहते पे एडवाइजरी दी जा रही है सानू उन्हें भी काम करना पड़ेगा ना हूँ जो जो तेरे को पैसे ही है नहीं इंफ्रास्ट्रक्चर ही है नहीं डॉक्टर ही है नहीं गए ਹੁਣ ਜਾ ਕੇ ਤੇ ਤੁਸੀਂ ਐਵੇਂ ਸਟੇਟਮੈਂਟਾਂ ਪ੍ਰੈਸ ਸਟੇਟਮੈਂਟਾਂ ਦੇਈ ਜਾਂਦੇ ਆ ਕਿ ਇੱਥੇ ਕਰਤਾ ਉੱਥੇ ਕਰਤਾ ਉੱਥੇ ਕਰਤਾ ਇਹ ਫੋਕੀਆਂ ਸਟੇਟਮੈਂਟਾਂ ਸਾਰੀਆਂ ਫੋਕੀਆਂ ਸਟੇਟਮੈਂਟ ਨਹੀਂ ਹੈ ਬਟ ਅਸੀਂ ਉਹਨੇ ਪਦੇ ਤੇ ਤਿਆਰ ਨਹੀਂ ਹੈਗੇ ਜਿੰਨਾ ਕਿ ਇਸ ਇਹੋ ਜੀ ਚਲੋ ਮੈਂ ਇੱਕ ਸੁੱਖਾ ਸਵਾਲ ਡਾਕਟਰ ਬੇਦੀ ਜਿਵੇਂ ਚਾਈਨਾ ਦੇ ਵਿੱਚ ਇੰਨੀਆਂ ਮੌਤਾਂ ਹੋ ਗਈਆਂ ਇਟਲੀ ਦੇ ਵਿੱਚ 1000 ਤੋਂ ਵੱਧ ਮੌਤਾਂ ਹੋ ਗਈਆਂ ਜੇ ਇਹੋ ਜਿਹੇ ਤਰੀਕੇ ਨਾਲ ਇੰਡੀਆ ਦੇ ਵਿੱਚ ਇਹ ਵਾਇਰਸ ਫੈਲਦਾ ਕੀ ਅਸੀਂ ਉਸ ਲਈ ਰੈਡੀ ਹੈ ਜਾਂ ਨਹੀਂ ਹੈ ਨਹੀਂ ਮੈਂ ਸਮਝਦਾ ਇਹ ਇੱਥੇ ਮੈਂ ਕਹੂੰਗਾ ਕਿ ਅਸੀਂ ਨਹੀਂ ਅਸੀਂ ਨਹੀਂ ਹੈ ਡਾਕਟਰ ਜੀਵ ਖੋਸਲਾ ਜੀ ਇਹ ਇੰਡਸਟਰੀ ਹੈ ਜਿਹੜੀ ਉਹ ਡੁੱਬ ਰਹੀ ਹੈ ਇੰਡਸਟਰੀ ਨੂੰ ਨੁਕਸਾਨ ਹੋ ਰਿਹਾ ਜੀ ਇੱਕ ਜੇ ਇਸ ਇੰਡਸਟਰੀ ਨੂੰ ਨੁਕਸਾਨ ਮੰਨ ਲਓ ਇੱਦਾਂ ਹੀ 1 ਮਹੀਨੇ ਤੱਕ ਚੱਲਦਾ ਜੀ ਕਿਉਂਕਿ ਸਾਰਿਆਂ ਨੇ ਜਿਹੜੇ ਪ੍ਰਿਕੋਸ਼ਨ ਹੈ ਡੈਡਲਾਈਨ ਰੱਖੀ ਹੈ ਜੀ 3 ਅਪ੍ਰੈਲ ਤੱਕ ਜਾਂ ਇੱਦਾਂ ਦਾ ਕਰਕੇ ਸਾਰਿਆਂ ਨੇ ਵੱਖੋ ਵੱਖਰੀ ਡੈਡਲਾਈਨਸ ਰੱਖੀਆਂ ਮੈਂ ਮੰਨ ਕੇ ਚੱਲਦਾ 1 ਮਹੀਨੇ ਤੱਕ ਇਹ ਸਭ ਕੁਝ ਇੱਦਾਂ ਹੀ ਚੱਲਦਾ ਇਸ ਇੰਡਸਟਰੀ ਨੂੰ ਦੁਬਾਰਾ ਆਪਣੇ ਪੈਰਾਂ ਸਿਰ ਖੜੇ ਹੋਣ ਦੇ ਲਈ ਕਿੰਨੇ ਮਹੀਨੇ ਲੱਗਣਗੇ ਮੈਂ ਦੱਸਦਾ ਜੀ ਪਹਿਲੀ ਚੀਜ਼ ਜਿਹੜਾ ਤੁਸੀਂ ਸਵਾਲ ਕੀਤਾ ਵੀ ਇਹ ਇੰਡਸਟਰੀ ਕਿੱਦਾਂ ਰਿਕਵਰ ਹੋਏਗੀ ਮੈਂ ਉਸ ਤੋਂ ਪਹਿਲਾਂ ਤੁਹਾਨੂੰ ਲੈ ਜਾਂਦਾ ਵੀ ਹਜੇ ਤੱਕ ਕਿਉਂ ਨਹੀਂ ਨੁਕਸਾਨ ਹੋਇਆ ਇਹ ਇੱਦਾਂ ਸੀਗਾ ਵੀ ਨਵੰਬਰ ਦਸੰਬਰ ਦੇ ਵਿੱਚ ਇਹ ਪਹਿਲਾ ਮਸਲਾ ਜਿਹੜਾ ਸੀਗਾ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਜਿਹੜਾ ਸੀਗਾ ਉਹ ਸਾਹਮਣੇ ਆਇਆ ਸੀਗਾ ਜਨਵਰੀ ਦੇ ਵਿੱਚ ਜਿਹੜਾ ਚਾਈਨਾ ਦਾ ਉਹਨਾਂ ਦਾ ਨਿਊ ਈਅਰ ਹੁੰਦਾ 15 ਜਨਵਰੀ ਤੋਂ ਲੈ ਕੇ ਤਕਰੀਬਨ 5 ਫਰਵਰੀ ਤੱਕ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਰੀ ਕੰਪਨੀਜ਼ ਨੇ ਆਪਣੇ ਕੋਲ ਸਟੋਕਸ ਰੱਖਿਆ ਹੋਇਆ ਸੀ 3 ਮਹੀਨੇ ਦਾ ਸਟੋਕ ਵੱਡੀਆਂ ਕੰਪਨੀਜ਼ ਦੇ ਕੋਲ ਸੀਗਾ ਇਸ ਕਰਕੇ ਹਜੇ ਤੱਕ ਇਹਦਾ ਬਹੁਤ ਜ਼ਿਆਦਾ ਅਸਰ ਦੇਖਣ ਨਹੀਂ ਮਿਲਿਆ ਹੁਣ ਪਿਛਲੇ ਹਫ਼ਤੇ ਦੇ ਅੰਦਰ ਸਟੋਕ ਕਿਉਂ ਰੱਖਿਆ ਹੋਇਆ ਸੀ ਮੈਨੂੰ ਥੋੜ੍ਹਾ ਚਾਈਨੀਜ਼ ਨਿਊ ਈਅਰ ਸੀਗਾ ਉੱਥੋਂ ਦੀ ਸਪਲਾਈ ਨਹੀਂ ਆਉਂਦੀ ਚਾਈਨਾ ਤੋਂ ਇਸ ਕਰਕੇ ਉਹਨਾਂ ਨੇ ਆਪਣੇ ਕੋਲ ਗੋਡਾਊਨਸ ਦੇ ਵਿੱਚ ਸਟੋਕ ਰੱਖਿਆ ਹੋਇਆ ਸੀ ਉਹ ਸਟੋਕ ਹੁਣ ਐਗਜ਼ੌਸਟ ਅਪ ਹੋ ਗਿਆ ਤੁਸੀਂ ਉਹਨੂੰ ਕੀ ਕਹਿੰਦੇ ਆ ਸਟੋਕ ਰੱਖਣ ਨੂੰ ਜਮ੍ਹਾਂਖੋਰੀ ਕਹਿੰਦੇ ਆ ਜਾਂ ਵੈਸੇ ਕਹਿੰਦੇ ਨਹੀਂ ਸਟੋਕ ਨੂੰ ਰਿਜ਼ਰਵ ਰੱਖਣਾ ਮੈਂ ਸਮਝਦਾ ਪੈਣਾ ਮੈਨੂੰ ਘੱਟ ਸਮਝ ਨਹੀਂ ਆਉਂਦੀ ਅੱਛਾ ਉਹ ਸਟੋਕ ਨੂੰ ਰਿਜ਼ਰਵ ਦੇ ਵਿੱਚ ਰੱਖਿਆ ਹੋਇਆ ਸੀਗਾ ਕਦੇ ਵੀ ਰੱਖਦੀਆਂ ਵੱਡੀਆਂ ਕੰਪਨੀਆਂ ਛੋਟੀਆਂ ਨਹੀਂ ਰੱਖ ਸਕਦੀਆਂ ਬਹੁਤ ਜ਼ਿਆਦਾ ਕਿਉਂਕਿ ਉਹ ਵੀ ਜਗ੍ਹਾ ਘੇਰਦਾ ਹੁਣ ਉਹ ਵਾਲਾ ਸਟੋਕ ਜਿਹੜਾ ਸੀ ਉਹ ਐਗਜ਼ੌਸਟ ਅਪ ਹੋ ਰਿਹਾ ਖਤਮ ਹੋ ਰਿਹਾ ਪਿਛਲੇ 3 ਮਹੀਨੇ ਦੇ ਅੰਦਰ ਜਿੱਥੋਂ ਜਿੱਥੋਂ ਸੀ ਤੁਸੀਂ ਦੇਖੋ ਹੁਣ ਅਸੀਂ ਸਾਡੀ ਸਰਕਾਰ ਨੇ ਫਾਰਮਾਸਿਊਟੀਕਲ ਕੰਪਨੀਜ਼ ਦੇ ਲਈ ਇਹ ਕਿਹਾ ਵੀ ਜੇ ਤੁਹਾਨੂੰ ਰਿਕੁਆਇਰਮੈਂਟ ਹੈ ਅੱਗੇ ਅਸੀਂ ਵੁਹਾਨ ਦੇ ਵਿੱਚੋਂ ਦੀ ਜਾ ਕੇ ਸਮਾਨ ਲੈ ਆਉਂਦੇ ਹਾਂ ਜਿਹੜਾ ਕੱਚਾ ਮਾਲ ਹੈ ਜਿਹੜਾ ਦਵਾਈ ਦੇ ਵਿੱਚ ਯੂਜ਼ ਹੋਣਾ ਉਹ ਅਸੀਂ ਵੁਹਾਨ ਤੋਂ ਲੈ ਆਉਂਦੇ ਹਾਂ ਹੁਣ ਤਾਂ ਡਿਮਾਂਡ ਇਹਨਾਂ ਨੇ ਕਰਨੀ ਚਾਹੀਦੀ ਹੈ ਪ੍ਰੋਡਕਸ਼ਨ ਇੱਥੇ ਕਰੋ ਡਿਮਾਂਡ ਵੀ ਹੋਣੀ ਸ਼ੁਰੂ ਹੋ ਗਈ ਹੈ ਇੱਕਦਮ ਤਾਂ ਨਹੀਂ ਇਹ ਪ੍ਰੋਡਕਸ਼ਨ ਹੋਣੀ ਸ਼ੁਰੂ ਹੋ ਜਾਏਗੀ ਜੀ ਪਰ ਠੀਕ ਹੈ ਵੀ ਉੱਥੋਂ ਜਿਹੜਾ ਸਮਾਨ ਆਉਣਾ ਸੀਗਾ ਉਹਦੀ ਕਮੀ ਹੋਈ ਹੋਈ ਹੈ ਹੁਣ ਤੁਸੀਂ ਜਿਹੜੀ ਅਗਲਾ ਸਵਾਲ ਪੁੱਛਿਆ ਵੀ ਇਹ ਅੱਗੇ 1 ਮਹੀਨੇ ਤੱਕ ਕੀ ਹਾਲਾਤ ਬਣਦੇ ਨੇ
देखो जी हजे तो हालात जिदा चल रहे हैं इदा लगता भी हजे तक इदा ही रहेंगे, होर ज़्यादा नीचे डिटीरियरेट होंगे, हो सकता इन्फ्लेशन मार्केट के दवाइया के रेट बढ़ जान उहदे कारण भी इन्फ्लेशन मार्केट के ज़्यादा हाई हो जाए। साड़ियां खतरे च है जी, साड़ियां नौकरियां खतरे च ਨਹੀਂ ਨੌਕਰੀ ਇਹ ਤਾਂ ਨਹੀਂ ਮੈਂ ਕਹੂੰਗਾ ਸਾਡਾ ਕਾਰੋਬਾਰ ਖਤਰੇ 'ਚ ਹੈ, ਸਾਡਾ ਕਾਰੋਬਾਰ ਬਹੁਤ ਸਾਰਿਆਂ ਦੇ ਲਈ ਬਹੁਤ ਸਾਰੇ ਸੈਕਟਰਸ ਦੇ ਲਈ ਹੈਗਾ ਤੇ ਫਿਰ ਕੰਪਨੀਆਂ ਵੀ ਸਾਡੀ ਖਤਰੇ 'ਚ ਹੈ ਨਾ, ਕੰਪਨੀਆਂ ਵੀ ਖਤਰੇ 'ਚ, ਇਹਨਾਂ ਕੰਪਨੀਆਂ 'ਚ ਹੀ ਕੰਮ ਕਰਦੇ ਪਏ ਸਾਰੇ ਲੋਕ ਵੀ ਖਤਰੇ 'ਚ ਹੈ ਨਾ। ਬਿਲਕੁਲ ਠੀਕ ਹੈ, ਬਹੁਤ ਕੱਲ ਨੂੰ ਇੱਕ ਆਰਡਰ ਸਰਕਾਰ ਕਰ ਦਿੰਦੀ ਹੈ ਕਿ ਜਿਹੜਾ ਗਨ ਮਾਈਕ ਤੁਸੀਂ ਹਰ ਇੱਕ ਦੇ ਮੂੰਹ ਅੱਗੇ ਲਾ ਕੇ ਖੜੇ ਹੋ ਜਾਂਦੇ ਆ ਤੇ ਇਹ ਬੰਦ ਕਰੋ, ਕੀ ਕਰੋਗੇ ਤੁਸੀਂ ਗਾੜੀ ਇੰਡਸਟਰੀ ਬਿਲਕੁਲ ਖਤਰੇ 'ਚ, ਫਿਰ ਪ੍ਰੋਬਲਮ ਆ ਜਾਏਗੀ, ਫਿਰ ਪ੍ਰੋਬਲਮ ਆ ਸਕਦੀ ਹੈ। ਲੇਕਿਨ ਦੂਜਾ ਤਰੀਕਾ ਵੀ ਹੁਣ ਜਿੱਦਾਂ ਅੱਜ ਇੱਕ ਸਟੇਟਮੈਂਟ ਆਈ ਹੈ ਕੈਨੇਡਾ ਦੇ ਵਿੱਚੋਂ ਦੀ ਆਈ ਹੈ, ਉਹਨਾਂ ਨੇ ਕਿਹਾ ਵੀ ਅਸੀਂ ਕੋਈ ਦਵਾਈ ਇਹਦੀ ਇਜਾਦ ਕਰ ਲਈ ਹੈ। ਜੇ ਹੁਣ ਇਦਾਂ ਹੋ ਜਾਂਦੇ, ਸਾਰਸ ਤੋਂ ਬਾਅਦ ਵੀ ਦਵਾਈ ਆਈ ਹੈ, ਜ਼ਿਕਾ ਤੋਂ ਬਾਅਦ ਵੀ ਆਈ ਹੈ, ਸਵਾਈਨ ਫਲੂ ਤੋਂ ਬਾਅਦ ਵੀ ਆਈ ਹੈ, ਮਾਰ ਪਹਿਲਾਂ ਆ ਚੁੱਕੀ ਨੇ ਕਿ 2 ਸਾਲ ਲੱਗਣਗੇ ਦੀ ਦਵਾਈ ਬੰਦੇ ਵਿੱਚ। ਚਲੋ ਟੈਸਟ ਹੋ ਗਿਆ, ਜਿਹੜੀ ਕੈਨੇਡਾ ਨੇ ਅੱਜ ਗੱਲ ਕਹੀ ਹੈ, ਉਹਨਾਂ ਨੇ ਕਿਹਾ ਵੀ ਆ ਗਈ ਹੈ ਸਾਡੇ ਕੋਲ, ਹੈ ਅੱਜ। ਅੱਛਾ, ਉਹਨੇ ਅੱਜ ਇਹ ਗੱਲ ਕਹੀ, ਸਾਡੇ ਕਈ ਇੱਥੇ ਝੋਲਾ ਛਾਪ ਡਾਕਟਰ ਉਹ ਕਹਿ ਰਹੇ ਸਾਡੇ ਕੋਲ ਦਵਾਈ ਹੈਗੀ ਹੈ, ਸਾਡੇ ਕੋਲ ਨਹੀਂ, ਤਾਂ ਗਊ ਮੂਤਰ ਨੂੰ ਵੀ ਕਿਹਾ ਗਿਆ ਵੀ ਉਹ ਵੀ ਦਵਾਈ ਹੈ, ਪਰ ਇਦਾਂ ਨਹੀਂ, ਇਹੋ ਜਿਹੀਆਂ ਫਾਰਮਾਂ ਤੋਂ ਬਚਣਾ ਚਾਹੀਦਾ। ਉਹ ਕਹਿ ਰਹੇ HYV ਦੀਆਂ 3 ਦਵਾਈਆਂ ਮਿਲਾ ਕੇ ਅਸੀਂ ਕਰਤੀ ਹੈ, ਲਓ ਮੈਂ ਕਿਹਾ ਉਂਜੀ ਲੱਭ ਭਰ ਕੇ ਸਾਡੇ ਕੋਲ। ਇੱਕ ਹੋਰ ਛੋਟਾ ਬ੍ਰੇਕ ਲਵਾਂਗੇ, ਇਹ ਸੋਖੇ ਸ਼ਬਦਾਂ ਵਿੱਚ ਤੁਹਾਨੂੰ ਇਸ ਲਈ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੁਝ ਅਫਵਾਹਾਂ ਵੀ ਫੈਲਾਈਆਂ ਜਾ ਰਹੀਆਂ। WhatsApp ਯੂਨੀਵਰਸਿਟੀ ਜ਼ਰੀਏ ਜਿਹੜੀਆਂ ਚੀਜ਼ਾਂ ਆਉਂਦੀਆਂ ਉਹ ਸਾਰੀਆਂ ਸਹੀ ਨਹੀਂ ਹੁੰਦੀਆਂ, ਇਸ ਕਰਕੇ ਜਿਹੜੀਆਂ ਅਥੈਂਟਿਕ ਆਰਗੇਨਾਈਜੇਸ਼ਨ ਹੈਗੀਆਂ ਉਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰੋ, ਜਿਹੜੀਆਂ ਅਥੈਂਟਿਕ ਵੈਬਸਾਈਟਸ ਹੈਗੀਆਂ ਉਹਨਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕਰੋ, ਥੋੜ੍ਹਾ ਜਿਹਾ ਨੈੱਟ ਨੂੰ ਉਸ ਤਰੀਕੇ ਨਾਲ ਇਸਤੇਮਾਲ ਕਰਿਆ ਕਰੋ ਜਿਸ ਤਰੀਕੇ ਨਾਲ ਤੁਹਾਨੂੰ ਜਾਣਕਾਰੀ ਮਿਲੇ। ਅਫਵਾਹਾਂ ਤੋਂ ਬਚੋ, ਸਭ ਕੁਝ ਸੋਸ਼ਲ ਮੀਡੀਆ ਤੇ ਨਹੀਂ ਪਿਆ, ਜਿਹੜੀਆਂ ਸਰਕਾਰੀ ਆਧਾਰਿਤ ਵੈਬਸਾਈਟਸ ਹੈਗੀਆਂ, ਜਿਹੜੀਆਂ ਫੋਰਨ ਦੀਆਂ ਵੈਬਸਾਈਟ ਹੈ, WHO ਦੀ ਵੈਬਸਾਈਟ ਹੈ, ਜਾਂ ਜਿਹੜੇ ਹੋਰ ਸਾਡੇ ਹੈਲਪਲਾਈਨ ਨੰਬਰ ਹੈ ਉਹਨਾਂ ਤੇ ਜਾ ਕੇ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ। ਮੈਂ ਵਾਰ-ਵਾਰ ਇਹ ਤਾਕੀਦ ਵੀ ਕਰਦਾ ਹੁੰਦਾ ਕਿ ਜੋ ਤੁਸੀਂ ਇਹ ਡਿਬੇਟ ਦੇਖਦੇ ਹੋ ਉਦੋਂ ਜਿਹੜੀ ਇਨਫੋਰਮੇਸ਼ਨ ਗ੍ਰਾਫਿਕਲੀ ਤੁਹਾਡੇ ਸਾਹਮਣੇ ਦਿੱਤੀ ਜਾ ਰਹੀ ਹੈ ਉਸ ਨੂੰ ਪੜ੍ਹਿਆ ਜ਼ਰੂਰ ਕਰਿਆ ਕਰੋ। ਬ੍ਰੇਕ ਤੋਂ ਬਾਅਦ ਵਾਪਸ ਆ ਰਹੇ ਹਾਂ। ਸਵਾਲ ਇੱਕ ਪੁੱਛ ਰਹੇ ਹਾਂ, ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਕਰੋਨਾ ਵਾਇਰਸ ਦੀ ਦਹਿਸ਼ਤ ਦੇ ਖਾਤਮੇ ਲਈ ਕਿਹੜੇ ਆਪਰੇਸ਼ਨ ਦੀ ਲੋੜ ਹੈਗੀ ਹੈ? ਡਾਕਟਰ ਅਗਰਵਾਲ, ਮੈਨੂੰ ਇੱਕ ਚੀਜ਼ ਸਮਝਾ ਦਿਓ ਤੁਸੀਂ ਕਿ ਜਦੋਂ ਅਸੀਂ ਇਹ ਗੱਲ ਕਰਦੇ ਹਾਂ, ਡਾਕਟਰ ਬੇਦੀ ਜਦੋਂ ਇਹ ਗੱਲ ਕਰਦੇ ਆ, ਤੁਸੀਂ ਸ਼ਾਇਦ ਉਸ ਗੱਲ ਨੂੰ ਅੱਗੇ ਨਾ ਵਧਾ ਸਕੋ, ਕਿਉਂਕਿ ਜਦੋਂ ਸਾਡਾ ਹੈਲਥ ਦੇ ਲਈ ਅਸੀਂ ਬਜਟ ਕਿੰਨਾ ਰੱਖਦੇ ਹਾਂ, ਸਾਡੀ ਜਿਹੜੀ ਵਿਕਾਸ ਦਰ ਉਹ ਕਿਸ ਤਰੀਕੇ ਨਾਲ ਚੱਲਦੀ ਹੈ, ਸਾਡਾ ਹੈਲਥ ਸਿਸਟਮ ਹੈ, ਤੁਹਾਨੂੰ ਸਭ ਕੁਝ ਪਤਾ ਹੈਗਾ ਡਾਕਟਰ ਦੀਪ ਅਗਰਵਾਲ, ਪਰ ਕਈ ਮਜਬੂਰੀਆਂ ਹੁੰਦੀਆਂ ਤੁਸੀਂ ਨਹੀਂ ਬੋਲ ਸਕਦੇ, ਮੈਂ ਵੀ ਇਹ ਚੀਜ਼ ਨੂੰ ਸਮਝਦਾ ਹੈਗਾ, ਪਰ ਡਾਕਟਰ ਦੀਪ ਅਗਰਵਾਲ ਅਸੀਂ ਆਪਦੇ ਅੱਗੇ ਬਤੌਰ ਇੱਕ ਆਦਮੀ, ਬਤੌਰ ਇੱਕ ਨਾਗਰਿਕ, ਅਸੀਂ ਕਿਹੜੇ ਬੈਰੀਅਰ ਆਪਦੇ ਅੱਗੇ ਲਾਈਏ ਕਿ ਸਾਨੂੰ ਇਸ ਵਾਇਰਸ ਤੋਂ ਆਪਦੇ ਆਪ ਨੂੰ ਬਚਾਇਆ ਜਾ ਸਕੇ, ਅਸੀਂ ਬਚਾ ਲਈਏ ਆਪਦੇ ਆਪ? ਦੇਖੋ, ਪਹਿਲਾਂ ਵੀ ਮੈਂ ਇਸੇ ਬਾਰੇ ਕਿਹਾ ਕਿ ਪ੍ਰੀਕੋਸ਼ਨਸ ਜਿਹੜੇ ਹੈਗੇ, ਜਿਹੜੇ ਸੈੱਟ ਕ੍ਰਾਈਟੀਰੀਆ, ਜਿਹੜੇ ਸਾਡੇ ਪ੍ਰੋਟੋਕੋਲਸ ਬਣੇ ਦੇ ਹੈ, ਉਹਨਾਂ ਨੂੰ ਫੋਲੋ ਕਰਨਾ ਬਹੁਤ ਜ਼ਰੂਰੀ ਹੈ। ਐਜ਼ ਏ ਆਮ ਨਾਗਰਿਕ ਸਾਡੀ ਰਿਸਪੋਂਸੀਬਿਲਟੀ ਹੈ ਕਿ ਅਸੀਂ ਇਨਫੈਕਸ਼ਨ ਨੂੰ ਆਪਣੇ ਤੋਂ ਵੀ ਰੋਕਣਾ ਹੈਗਾ ਅਤੇ ਦੂਸਰਿਆਂ ਨੂੰ ਹੋਣ ਤੋਂ ਵੀ ਰੋਕਣਾ ਐਜ਼ ਏ ਰਿਸਪੋਂਸੀਬਲ ਪਰਸਨ। ਡਾਕਟਰ ਦੀਪ ਅਗਰਵਾਲ, ਮੈਂ ਤਾਂ ਛੋਟੀ ਜੀ ਗੱਲ ਦੱਸਦਾ, ਜੇ ਮੈਂ ਮੰਡੀ 'ਚ ਸਬਜ਼ੀ ਲੈਣ ਗਿਆ ਅਤੇ ਉੱਥੇ ਕਿਸੇ ਨੇ ਮੇਰੇ ਸਾਹਮਣੇ ਖੰਘ ਤਾ ਜਾਂ ਨਿੱਛ ਮਾਰਤੀ, ਛਿੱਕ ਮਾਰਤੀ, ਅਤੇ ਜੇ ਮੈਂ ਉਹਨੂੰ ਰੋਕਦਾ ਤਾਂ ਮੈਂ ਲੜਨ ਨੂੰ ਪੈਂਦਾ। ਦੇਖੋ, ਮੈਂ ਲੜਨ ਨੂੰ ਪੈ ਰਿਹਾ, ਅਸੀਂ ਉਹਨੂੰ ਕਹਿ ਰਹੇ ਤੂੰ ਟਿਸ਼ੂ ਵਰਤ, ਰੁਮਾਲ ਵਰਤ, ਕੁਛ ਵਰਤ, ਉਹ ਤਾਂ ਲੜਨ ਨੂੰ ਪੈਂਦਾ, ਕਹਿੰਦਾ ਤੈਨੂੰ ਜ਼ਿਆਦਾ ਤਕਲੀਫ ਹੈ। ਦੇਖੋ, ਅਵੇਅਰਨੈਸ ਓਵਰਨਾਈਟ ਤੇ ਆਉਂਦੀ ਨਹੀਂ ਹੈ, ਠੀਕ ਹੈ। ਸਾਡੇ ਉੱਤੇ ਹੁਣ ਇੱਕ ਜਿਹੜੀ ਇੱਕ ਮਹਾਮਾਰੀ ਕਹਿ ਲਓ ਜਾਂ ਜੋ ਬਿਮਾਰੀ ਸਾਡੇ ਉੱਤੇ ਆਈ ਹੈ, ਇਹਦੇ ਵਾਸਤੇ ਕੋਈ ਵੀ ਕੰਟਰੀ ਪ੍ਰਿਪੇਅਰ ਨਹੀਂ ਹੁੰਦਾ। ਪਹਿਲੀ ਗੱਲ, ਜਦੋਂ ਕੋਈ ਆਉਂਦੀ ਹੈ ਪ੍ਰੋਬਲਮ ਤੇ ਉਹਦੇ ਇਲਾਜ ਜਾਂ ਉਹਦੇ ਵਾਸਤੇ ਪ੍ਰੀਕਾਸ਼ਨਸ ਲੱਭੇ ਜਾਂਦੇ ਨੇ। ਡਾਕਟਰ ਦੀਪ ਅਗਰਵਾਲ, ਮੇਰਾ ਸਵਾਲ ਹੀ ਇਹ ਸੀਗਾ ਕਿ ਅਵੇਅਰਨੈਸ ਅੱਜ ਹੀ ਕਿਉਂ ਫਿਰ ਉਹਦੇ ਲਈ ਕੰਮ ਕਰਦੇ ਪਏ ਆ, ਲਗਾਤਾਰ ਕਿਉਂ ਨਹੀਂ ਕੰਮ ਕਰਦੇ? ਅਸੀਂ ਆਪਦੇ ਸਿਲੇਬਸ ਦੇ ਵਿੱਚ ਕਿਉਂ ਨਹੀਂ ਦੱਸਦੇ ਵੀ ਭਾਈ ਤੂੰ ਛਿੱਕ ਮਾਰਨੀ ਹੈ, ਨਿੱਛ ਮਾਰਨੀ ਤੇ ਤੂੰ ਵਰਤਣਾ ਕੀ ਹੈ? ਜੇ ਤੂੰ ਹੱਥ ਧੋ ਕੇ ਰੋਟੀ ਨਹੀਂ ਖਾਏਗਾ, ਤੂੰ ਕੁਝ ਪੀਏਗਾ ਨਹੀਂ, ਖਾਏ ਪੀਏਗਾ ਨਹੀਂ, ਤੇ ਤੈਨੂੰ ਬਿਮਾਰੀਆਂ ਹੀ ਲੱਗਣਗੀਆਂ। ਅਸੀਂ ਇਹ ਪਹਿਲਾਂ ਕਿਉਂ ਨਹੀਂ ਦੱਸਦੇ? ਜਿਹੜੇ ਮੁਲਕ ਨੇ ਤਰੱਕੀ ਕਰਨੀ ਸੀ, ਜਦੋਂ ਅਸੀਂ ਦੇ ਦਹਾਕੇ 'ਚ ਅਸੀਂ ਸੋਚਦੇ ਹੁੰਦੇ ਸੀਗੇ 2020 ਦੇ ਵਿੱਚ ਜਾ ਕੇ ਪਤਾ ਨਹੀਂ ਅਸੀਂ ਕੀ ਕਰ ਲਾਂਗੇ, ਉਸ ਦੌਰ ਦੇ ਵਿੱਚ ਅਸੀਂ ਅੱਜ ਹੱਥ ਸਾਫ਼ ਕਰਨੇ ਦੱਸਦੇ ਪਏ ਹਾਂ? ਮੇਰਾ ਸਵਾਲ ਹੈ ਡਾਕਟਰ ਦੀਪ ਅਗਰਵਾਲ। ਨਹੀਂ ਨਹੀਂ, ਦੇਖੋ ਬੇਸਿਕ ਐਟੀਕੇਟਸ ਨੇ, ਹੁਣ ਇਹ ਕੌਣ ਫੋਲੋ ਕਰਦਾ ਕੌਣ ਨਹੀਂ ਫੋਲੋ ਕਰਦਾ ਇਹਦੇ ਵਾਸਤੇ ਇਟਸ ਅ ਸੈਪਰੇਟ ਡਿਬੇਟ, ਬਟ ਇਹ ਹੱਥ ਸਾਫ਼ ਕਰਕੇ ਰੋਟੀ ਖਾਣਾ, ਨਿੱਛਾ ਕਿੱਦਾਂ ਮਾਰਨੀ ਹੈ, ਖਾਂਸੀ ਕਿੱਦਾਂ ਕਰਨੀ ਹੈ, ਐਟੀਕੇਟਸ ਇਹ ਸਾਰਿਆਂ ਨੂੰ ਪਤਾ ਹੈਗੇ, ਬਟ ਇਟਸ ਅ ਕਹਿ ਲਓ ਕਿ ਇਹ ਇਸੇ ਤਰ੍ਹਾਂ ਚੱਲ ਰਿਹਾ। ਮੈਨੂੰ ਤਾਂ ਇੱਕ ਚੀਜ਼ ਸਮਝ ਆ ਰਹੀ ਹੈ ਡਾਕਟਰ ਦੀਪਕ, ਵੈਸੇ ਕਈ ਚੀਜ਼ਾਂ ਮੈਂ ਹਲਕੇ ਵਿੱਚ ਵੀ ਲੈ ਜਾਂਦਾ, ਪਰ ਉਹ ਹਲਕੇ ਦੇ ਵਿੱਚ ਵੀ ਸੰਜੀਦਗੀ ਹੈ। ਕਈ ਲੋਕ ਕਹਿੰਦੇ ਆ ਦਾਰੂ ਪੀਣੀ ਸ਼ੁਰੂ ਕਰ ਦਿਓ, ਅਲਕੋਹਲ ਵਧਾ ਦਿਓ, ਬਸ ਕੋਈ ਕਰੋਨਾ ਵਾਇਰਸ ਵਾਇਰਸ ਨਹੀਂ ਹੁੰਦਾ ਤੁਹਾਡੇ ਕੋਲੇ। ਇਹ ਤਾਂ ਦੇਖੋ ਅਫਵਾਹਾਂ ਹੈਗੀਆਂ, ਇਹ ਤਾਂ WhatsApp ਤੇ ਜਿਹੜੇ ਮੈਸੇਜ ਆ ਰਹੇ ਹੈ ਜਿਹਦਾ ਕੋਈ ਪ੍ਰੂਫ ਨਹੀਂ ਹੈ, ਕੋਈ ਐਵੀਡੈਂਸ ਨਹੀਂ ਹੈ, ਇਦਾਂ ਦੇ 10 ਹੋਰ ਇਲਾਜ WhatsApp ਤੇ ਤੁਹਾਨੂੰ ਲੱਭ ਜਾਣਗੇ। ਕਹਿੰਦੇ ਗਰਮੀ ਆ ਜਾਊਗੀ, ਸਾਰੇ ਮਰ ਜਾਣੇ ਵਾਇਰਸ, ਇਸ ਕਰਕੇ ਟੈਨਸ਼ਨ ਲਓ। ਜਿੰਨੀਆਂ ਵੀ ਇਹ ਵੀ ਫਜ਼ੂਲ ਦੇ ਮੈਸੇਜ ਆ ਜਾਂਦੇ ਆ, ਕਿਸੇ ਕੋਲ ਕੋਈ ਪ੍ਰੂਫ ਹੀ ਨਹੀਂਗਾ।
ਐਟੀਕੇਟਸ ਸਿਖਾਉਣ ਦੇ ਲਈ ਸਾਨੂੰ ਕੀ ਕਰਸ਼ ਕਰਨਾ ਚਾਹੀਦਾ? ਦੇਖੋ ਮੈਂ ਜਦੋਂ ਇਹੋ ਜਿਹਾ ਕੋਈ ਮਹਾਮਾਰੀ ਆਉਂਦੀ ਹੈ ਅਸੀਂ ਉਦੋਂ ਇੰਸਟਰਕਸ਼ਨ ਜਾਰੀ ਕਰਨੀਆਂ ਸ਼ੁਰੂ ਕਰ ਦਿੰਦੇ ਹਾਂ, ਫਿਰ ਅਸੀਂ ਇੱਕ ਨਵਾਂ ਮਤਾ ਪਾਉਂਦੇ ਹਾਂ, ਨਵਾਂ ਬਿੱਲ ਪਾਸ ਕਰ ਦਿੰਦੇ ਹਾਂ, ਇੰਸ਼ੋਰੈਂਸ ਕੰਪਨੀਆਂ ਨੂੰ ਸਮਝਾਉਣਾ ਸ਼ੁਰੂ ਕਰਦੇ ਹਾਂ, ਇੰਸ਼ੋਰੈਂਸ ਕੰਪਨੀਆਂ ਨੂੰ ਪਹਿਲਾਂ ਨਹੀਂ ਕਿਹਾ ਜਾ ਸਕਦਾ? ਐਬਸੋਲਿਊਟਲੀ। ਤੁਸੀਂ ਗੱਲ ਇਹ ਹੈ ਕਿ ਜਿਹੜਾ ਤੁਸੀਂ ਸਵਾਲ ਕੀਤਾ ਇਹਦਾ ਅਗੇਨ ਇਹਦਾ ਜਿਹੜਾ ਆਨਸਰ ਹੈ ਸਿੰਪਲ ਨਹੀਂ ਹੈ। ਐਜੂਕੇਸ਼ਨ ਔਰ ਹੈਲਥ ਮੰਨਿਆ ਗਿਆ ਕਿ ਇਸ ਕੰਟਰੀ ਦੀ ਅਗਰ ਤੁਸੀਂ ਕਿਸੇ ਵੀ ਇੰਡਸਟਰੀਸ ਨੂੰ ਲੈ ਕੇ ਚੱਲੋਗੇ ਤਾਂ ਐਜੂਕੇਸ਼ਨ ਹੈਲਥ ਜਿਹੜੇ ਹੈਗੇ ਨੇ ਦੋ ਟੌਪ ਦੇ ਉੱਤੇ ਹੋਣੇ ਚਾਹੀਦੇ ਨੇ। ਜਿਹੜੇ ਡਿਵੈਲਪਡ ਕੰਟਰੀਜ਼ ਨੇ ਹੈਲਥ ਦੇ ਉੱਤੇ 18-20% ਆਪਣੀ GDP ਦਾ ਸਪੈਂਡ ਕਰ ਰਹੇ ਹੈ ਔਰ ਇੰਡੀਆ ਵਰਗੀ ਕੰਟਰੀ 1% ਕਰ ਰਹੀ ਹੈ। ਪਹਿਲੀ ਗੱਲ, ਹੁਣ ਅੱਗੇ ਸਾਡੇ ਟਾਈਮ 'ਤੇ ਜਿਹੜੇ ਮੇਰੇ ਪੈਨਲਿਸਟ ਜਿਹੜੇ ਮੇਰੇ ਉਮਰ ਦੇ ਨੇ ਉਹ ਦੱਸਣਗੇ ਮੋਰਲ ਸਾਇੰਸ ਹੁੰਦੀ ਸੀਗੀ, ਪੜ੍ਹਾਇਆ ਜਾਂਦਾ ਸੀਗਾ, ਉਸ ਨੂੰ ਹੁਣ ਇੱਕ ਬੇਕਾਰ ਸਬਜੈਕਟ ਕਰਕੇ ਖਤਮ ਕਰ ਦਿੱਤਾ ਗਿਆ। ਐਟੀਕੇਟਸ ਜਿਹੜੇ ਹੈਗੇ ਨੇ ਐਜੂਕੇਸ਼ਨ ਦੇ ਨਾਲ ਹੀ ਇਹ ਸਾਰੀ ਚੀਜ਼ਾਂ ਆਉਣਗੀਆਂ। ਹੁਣ ਤੁਸੀਂ ਆਮ ਦੇਖੋਗੇ ਕਿ ਸਾਡੇ ਸਾਨੂੰ ਜਿਵੇਂ ਤੁਸੀਂ ਵੀ ਕਹਿ ਰਹੇ ਹੋ ਕਿ ਪਤਾ ਹੀ ਨਹੀਂ ਹੈ ਕਿ ਖਾਂਸੀ ਜੇ ਕਰਨੀ ਹੈ ਤਾਂ ਮੈਨੂੰ ਅਗਰ ਖਾਂਸੀ ਹੈ ਤਾਂ ਮੈਂ ਦੂਸਰੇ ਨੂੰ ਕਿਵੇਂ ਬਚਾਉਣਾ ਕਿ ਉਹਨੂੰ ਉਹ ਖਾਂਸੀ ਦਾ ਅਸਰ ਨਾ ਹੋਏ, ਅਤੇ ਜੇ ਦੂਸਰੇ ਨੂੰ ਖਾਂਸੀ ਹੈ ਤਾਂ ਮੈਂ ਕਿਵੇਂ ਆਪਣੇ ਆਪ ਨੂੰ ਬਚਾਉਣਾ ਕਿ ਮੈਨੂੰ ਉਹ ਖਾਂਸੀ ਨਾ ਹੋਏ। ਸਾਨੂੰ ਇਹ ਬੇਸਿਕ ਜਿਹੜੀ ਨੌਲੇਜ ਹੈਗੀ ਹੈ ਇਹ ਨੌਲੇਜ ਕੋਈ ਜਨਮ ਲੈਣ ਨਾਲ ਨਹੀਂ ਆਏਗੀ, ਇਹ ਸਾਨੂੰ ਇਹ ਸਿਸਟਮ ਦੱਸੇਗਾ ਔਰ ਸਿਸਟਮ ਦਾ ਮਤਲਬ ਹੈ ਐਜੂਕੇਸ਼ਨ ਐਂਡ ਹੈਲਥ। ਠੀਕ ਹੈ, ਮੈਂ ਇੱਕ ਗੱਲ ਕੀਤੀ ਸੀ ਡਾਕਟਰ ਰਾਜੀਵ ਖੋਸਲਾ ਵੀ ਹੱਥ ਸਾਫ਼ ਕਰਨ ਵਾਲੀ ਗੱਲ, ਮੈਨੂੰ ਤਾਂ ਐਂ ਲੱਗਦਾ ਕਰੋਨਾ ਵਾਇਰਸ ਦੇ ਜ਼ਰੀਏ ਕੋਈ ਹੋਰ ਹੀ ਹੱਥ ਸਾਫ਼ ਕਰ ਰਿਹਾ। ਠੀਕ ਹੈ ਜੀ, ਤੁਹਾਡੀ ਗੱਲ, ਉਹ ਵੀ ਵਿੱਚੋਂ ਦੀ ਫਾਇਦਾ ਜਿਨ੍ਹਾਂ ਨੇ ਚੱਕਣਾ ਉਹ ਵੀ ਲਈ ਜਾ ਰਹੇ, ਉਹ ਮੇਰੇ ਨਾਲੋਂ ਜ਼ਿਆਦਾ ਉਹ ਸਾਡੇ ਪੋਲੀਟੀਕਲ ਐਨਲਿਸਟ ਸਾਹਿਬ ਨੇ ਇਹਦੇ 'ਤੇ ਜ਼ਿਆਦਾ ਚਾਨਣਾ ਪਾ ਦਿੱਤਾ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਸਰ ਵੀ ਜੇ KP ਜੀ ਜੇ ਜ਼ਿਆਦਾ ਹੋਰ ਦੇਰ ਪਰਸਿਸਟ ਕਰ ਗਈਏ ਤਾਂ ਹਿੰਦੁਸਤਾਨ ਦੇ ਲਈ ਰਿਕਵਰ ਕਰਨਾ ਇੱਥੋਂ ਔਖਾ ਹੋ ਜਾਣਾ। ਜਿਹੜੀ ਬੇਦੀ ਸਾਹਿਬ ਨੇ ਗੱਲ ਕੀਤੀ ਹੈ ਵੀ 1.5% ਅਸੀਂ ਐਜੂਕੇਸ਼ਨ ਹੈਲਥ ਦੇ ਉੱਤੇ ਆਪਣਾ ਰੱਖਿਆ ਹੋਇਆ ਬਜਟ ਦਾ ਔਰ 3% ਬਜਟ ਦਾ ਐਜੂਕੇਸ਼ਨ ਦੇ ਉੱਤੇ ਜਾਂਦਾ, ਦੇ ਆਰ ਨੋਟ ਗੋਇੰਗ ਹੈਂਡ ਇਨ ਹੈਂਡ। ਜੇ ਪ੍ਰੋਬਲਮ ਜ਼ਿਆਦਾ ਆ ਗਈ ਤਾਂ ਸਾਡੇ ਲਈ ਉੱਥੋਂ ਦੀ ਰਿਕਵਰ ਕਰਨਾ ਬਹੁਤ ਜ਼ਿਆਦਾ ਬਹੁਤ ਔਖਾ। ਸਮਰਜੀਤ ਸਿੰਘ, ਆਖਰੀ ਸਵਾਲ ਤੁਹਾਨੂੰ ਕਰਨਾ ਚਾਹੁੰਦਾ, ਇੱਥੇ ਕਈ ਪੋਲੀਟੀਸ਼ੀਅਨ ਵੀ ਹੈਗੇ ਆ ਜਿਨ੍ਹਾਂ ਨੇ ਸਿੱਧਾ ਸਿੱਧਾ ਕਿਹਾ ਕਿ ਮੋਦੀ ਸਾਹਿਬ ਕਰੋਨਾ ਨੂੰ ਵਰਤਦੇ ਪਏ ਆ ਅਤੇ ਕਰੋਨਾ ਦੇ ਜ਼ਰੀਏ ਆਪਦੇ ਨਿਸ਼ਾਨੇ ਆ ਜਿਹੜੇ ਉਹ ਸੈੱਟ ਕਰਦੇ ਪਏ ਆ, ਇਸ ਦਾ ਕੋਈ ਮਤਲਬ ਹੈ? ਬਿਲਕੁਲ ਹੈਗਾ, ਪਰ ਉਹ ਆਪਣੀ ਵਾਇਰਸ ਦਾ ਵੀ ਖਿਆਲ ਰੱਖਣ, ਉਹਨੂੰ ਪਹਿਲਾਂ ਬੰਦ ਕਰਨ। ਜਿਹੜੀ ਕਮਿਊਨਲ ਵਾਇਰਸ ਆ ਉਸਨੇ ਪਹਿਲਾਂ ਹੀ ਸਾਡੇ ਸਮਾਜ ਨੂੰ ਅਤੇ ਇੱਥੇ ਕਿੰਨਾ ਜ਼ਿਆਦਾ ਕਮਜ਼ੋਰ ਕੀਤਾ, ਸਾਰਾ ਅੱਧਾ ਭਾਰਤ 'ਤੇ ਸੜਕਾਂ ਦੇ ਉੱਤੇ ਆਪਣਾ ਸ਼ਹੀਨ ਬਾਗ ਬਣਾਈ ਬੈਠਾ ਆ, ਤਿੰਨ ਮੋਰਚੇ ਪੱਕੇ ਪੰਜਾਬ ਦੇ ਵਿੱਚ ਆ। ਇਹ ਜਿਹੜੀ ਬੇਇਤਫਾਕੀ ਆ ਔਰ ਇਸ ਕਿਸਮ ਦੀ ਲੋਕਾਂ ਦੇ ਵਿੱਚ ਇੱਕ ਨਫ਼ਰਤ ਆ, ਉਹ ਇਕਾਨਮੀ ਨੂੰ ਬਹੁਤ ਵੀਕ ਕਰਦੀ ਆ। ਕੌਣ ਆਊਗਾ ਤੁਹਾਡੇ ਇੱਥੇ ਆਪਣੇ ਇਨਵੈਸਟ ਕਰਨ? ਉਹ ਪਹਿਲਾਂ ਹੀ ਸੀਗਾ ਸਾਡੇ ਚੱਲ ਰਿਹਾ, ਆ ਉੱਤੋਂ ਇੱਕ ਨਵੀਂ ਕਰੋਨਾ ਵਾਇਰਸ। ਅਸੀਂ ਤਾਂ ਖੁਸ਼ ਹੋ ਰਹੇ ਹਾਂ ਵੀ ਇਹ ਸਾਡੀ ਨਮਸਤੇ ਆ ਉਹ ਪ੍ਰਵਾਨ ਹੋ ਰਹੀ ਆ ਸਾਰੇ ਕਿਤੇ, ਅਸੀਂ ਤਾਂ ਇਸ 'ਤੇ ਖੁਸ਼ ਹੋ ਰਹੇ ਹਾਂ, ਸਾਨੂੰ ਵੇਖ ਕੇ ਲੋਕ ਨਮਸਤੇ ਕਰਨ ਲੱਗ ਪਏ, ਅਸੀਂ ਤਾਂ ਇਸ ਚੀਜ਼ 'ਤੇ ਵੀ ਖੁਸ਼ ਹੋ ਰਹੇ ਵੀ ਤੇਲ ਦੇ ਰੇਟ ਗਿਰੇ। ਦੂਜੀ ਕਲਚਰਲ ਸ਼ੋਵਿਨਿਜ਼ਮ ਦੀ ਇਹ ਗੱਲ ਆ ਕਿ ਸਾਡਾ ਦੇਖੋ ਜੀ, ਅਸੀਂ ਤਾਂ ਚੁਟਕਲੇ ਬਣਾਉਣੇ ਸ਼ੁਰੂ ਕਰਦੇ ਸਰ, ਮੈਨੂੰ ਤਾਂ ਬੜਾ ਅਫਸੋਸ ਹੁੰਦਾ ਮੈਂ ਵਟਸਐਪ 'ਤੇ ਚੁਟਕਲੇ ਪੜਦਾ ਪੈਂਦਾ। ਪਰ ਮੈਂ ਇੱਕ ਗੱਲ, ਜਿਹੜਾ ਤੁਹਾਡਾ ਸਵਾਲ ਬਹੁਤ ਜਾਇਜ਼ ਸੀਗਾ ਕਿ ਜੇ ਮੈਂ ਸਬਜ਼ੀ ਮੰਡੀ 'ਚ ਜਾਵਾਂ ਜੇ ਅਗਲਾ ਛੇਕ ਕਰਦਾ ਤਾਂ ਤੁਹਾਡਾ ਤਾਂ ਜੀ ਕਰਦਾ ਮੈਂ ਉਹਦੇ ਚਪੇੜ ਮਾਰ ਦਿਆਂ, ਕਿਉਂਕਿ ਤੁਹਾਨੂੰ ਡਰ ਪੈਦਾ ਕਿ ਮੈਨੂੰ ਨਾ ਕਿਤੇ ਕਰੋਨਾ ਵਾਇਰਸ ਹੋ ਜਾਵੇ। ਅਗਲਾ ਕਹਿੰਦਾ ਕਿ ਮੈਂ ਗਲਤ ਕੀ ਕੀਤਾ? ਇਹ ਜਿਹੜਾ ਕਲਚਰਲ ਲੋਕਾਂ ਨੂੰ ਜਿਹਨਾਂ ਨੂੰ ਅਸੀਂ ਦਿੱਤਾ ਹੀ ਕੁਛ ਨਹੀਂ, ਅਸੀਂ 50% ਹਿੰਦੁਸਤਾਨ ਦੀ ਪਾਪੂਲੇਸ਼ਨ ਹੈ ਜਿਹਨਾਂ ਨੂੰ ਅਸੀਂ ਮਨੁੱਖੀ ਜੀਵਨ ਦਿੱਤਾ ਹੀ ਨਹੀਂ, ਉਹਨਾਂ ਨੂੰ ਅਸੀਂ ਅਜੇ ਵੀ ਸਲੇਵ ਵਰਗੇ ਹਾਲਾਤਾਂ ਦੇ ਵਿੱਚ ਰੱਖਿਆ, ਨਾ ਹੈਲਥ, ਨਾ ਐਜੂਕੇਸ਼ਨ, ਨਾ ਨੌਕਰੀ, ਨਾ ਘਰ, ਨਾ ਕੋਈ। ਜਾ ਕੇ ਦੇਖੋ ਸਲਾਮ ਚੰਡੀਗੜ੍ਹ ਜਿਹੜਾ ਸਿਟੀ ਬਿਊਟੀਫੁੱਲ ਆ, ਕਿਹੋ ਜਿਹੇ ਹਾਲਾਤਾਂ 'ਚ ਲੋਕ ਰਹਿੰਦੇ? ਜਾਨਵਰ ਨਹੀਂ ਉਹੋ ਜਿਹੇ ਹਾਲਾਤਾਂ 'ਚ ਰਹਿੰਦੇ, ਫਿਰ ਉਹ ਜਦੋਂ ਛਿੱਕ ਮਾਰਦੇ ਆ ਫਿਰ ਸਾਨੂੰ ਤਕਲੀਫ ਹੁੰਦੀ ਮਿਡਲ ਕਲਾਸ ਨੂੰ ਜਾਂ ਅਪਰ ਕਲਾਸ ਨੂੰ। ਇਸ ਕਰਕੇ ਪਹਿਲਾਂ ਉਹਨਾਂ ਦੀ ਗਰੀਬੀ ਨੂੰ ਚੁੱਕੋ, ਫਿਰ ਉਹਨਾਂ ਤੋਂ ਉਮੀਦ ਕਰੋ ਕਿ ਉਹ ਅੱਗੇ ਮੂੰਹ ਦੇ ਹੱਥ ਰੱਖ ਕੇ ਛਿੱਕ ਮਾਰਨਗੇ। ਡਿਜ਼ਾਸਟਰ ਮੈਨੇਜਮੈਂਟ ਜਿਹੜੀ ਹੈਗੀ ਹੈ ਇੱਕ ਆਪਣੀ ਇੱਕ ਸਾਇੰਸ ਹੈਗੀ ਹੈ ਔਰ ਇਹ ਗਵਰਨਮੈਂਟ ਇਜ਼ ਨੋਟ ਕੈਪੇਬਲ ਕਿ ਡਿਜ਼ਾਸਟਰ ਮੈਨੇਜਮੈਂਟ, ਇਹ ਵੀ ਡਿਜ਼ਾਸਟਰ ਹੀ ਹੈ, ਡਿਜ਼ਾਸਟਰ ਹੈ। ਮੈਂ ਇੱਕ ਸਵਾਲ ਹੋਰ ਲੈਣਾ ਫਿਰ ਜੀ ਸਰ, ਤੁਸੀਂ ਸ਼ੁਰੂ ਤੋਂ ਕਰ ਹੀ ਲਿਆ, ਜਿਹੜਾ ਸਾਡਾ ਐਕਟ ਹੈਗਾ ਕਾਨੂੰਨ ਬਣਿਆ ਹੋਇਆ ਹੋਇਆ ਜੀ, ਉਹ ਕਾਨੂੰਨ ਸਫੀਸ਼ੀਐਂਟ ਹੈ? ਦੇਖੋ, ਕਿਉਂਕਿ ਮੈਂ ਸਵਾਲ ਇਸ ਕਰਕੇ ਕਰ ਰਿਹਾ ਕਿ ਕਈ ਪੁਲਿਸ ਵਾਲੇ ਮਰੀਜ਼ ਜਿਹੜਾ ਉਹਨਾਂ ਨੂੰ ਸ਼ੱਕੀ ਸੀਗਾ ਉਹਨੂੰ ਲੈਣ ਚਲੇ ਗਏ, ਪੁਲਿਸ ਵਾਲਿਆਂ ਨੂੰ ਕੀ ਪਤਾ ਉਹਨੂੰ ਹੱਥ ਕਿਵੇਂ ਪਾਉਣਾ? ਇਹ ਫੋਰੈਂਸਿਕ ਸਾਇੰਸ ਥੋੜ੍ਹੀ ਹੈਗੀ ਹੈ ਕਿ ਤੁਸੀਂ ਉੱਥੇ ਕੱਪੜਾ ਲੈ ਜਾਓਗੇ ਅਤੇ ਮਰੀਜ਼ ਨੂੰ ਹੱਥ ਪਾਲੋਗੇ, ਉਹਨਾਂ ਨੂੰ ਨਾ ਦੱਸਿਆ ਨਾ ਕੁਛ, ਆਰਡਰ ਕਾਤਾ ਡੀ ਸਾਹਿਬ ਨੇ, ਜਾਓ ਬੰਦਾ ਚੱਕ ਲਿਓ, ਇਹ ਉਹਨਾਂ ਨੂੰ ਕੋਈ ਕੌਣ ਦੱਸੂਗਾ? ਸੋ ਇਹ ਅਗੇਨ ਸਮੱਸਿਆ ਜਿਹੜੀ ਹੈਗੀ ਬਹੁਤ ਵੱਡੀ ਹੈ ਕਿ ਜਿਹੜਾ ਇੱਕ ਮੈਡੀਕਲ ਫੀਲਡ ਹੈ, ਇੱਕ ਬੜਾ ਸਾਇੰਟੀਫਿਕ ਫੀਲਡ ਹੈ, ਬੜਾ ਟੈਕਨੀਕਲ ਫੀਲਡ ਹੈ, ਹਾਈਲੀ ਸਕਿੱਲਡ ਫੀਲਡ ਹੈ, ਔਰ ਇਸ ਨੂੰ ਜਿਹੜੇ ਡਿਸੀਜਨ ਲੈ ਰਹੇ ਨੇ, ਐਡਵਾਈਸ ਜਿਹੜੇ ਦੇ ਰਹੇ ਨੇ ਉਹ ਬਿਊਰੋਕਰੈਟ ਦੇ ਰਹੇ ਨੇ ਜਾਂ ਪੋਲੀਟੀਸ਼ੀਅਨ ਦੇ ਰਹੇ ਨੇ? ਡਾਕਟਰਾਂ ਦੀ ਗੱਲ ਘੱਟ ਸੁਣੀ ਜਾ ਰਹੀ ਹੈ,
IMA अगर कुछ कहता है तो उन्हें सुनते नहीं है, बट जो पॉलिटिशियन के ब्यूरोक्रेट ने दे आर दी वंस हू आर टेकिंग द डिसीजन। चलो दैट इज अवर बिगेस्ट प्रॉब्लम। ठीक है, बहुत धन्यवाद डॉक्टर बेदी, डॉक्टर दीप अग्रवाल, भी बहुत धन्यवाद, डॉक्टर राजीव खोसला, भी बहुत धन्यवाद, प्रसमनजीत सिंह, भी बहुत धन्यवाद। तुसीं इस पैनल दीआं सारीआं गल्लां सुनीआं, इन्हां नूं ध्यान नाल सुनियो दोबारा तो फिर समझियो दोबारा तो फिर, क्योंकि सुनोगे समझोगे तो समझ आजूगा कि साडा सिस्टम किस तरीके ने काम करता है। जो साडा सिस्टम सुधरेगा तुहाडा इम्यून सिस्टम है जिहड़ा वह भी सुधर जाएगा, तुहानू भी कोई बीमारी तुहाडे नेड़े नहीं लगेगी। पर जो इस सिस्टम में जरूरत होंदी है तुहाडे सेहत के जरिए, तुहाडे सेहत दीआं बीमारियां, तुहाडे जिहड़े बीमारियां हैगीआं उहदे बहाने अपने निशाने साधने होण तां फिर यह सिस्टम कुछ ठप्प भी कर दिंदा ते कुछ अप भी कर दिंदा। पर कोरोना वायरस ते डरन की लोड़ नहीं हैगी, खौफ की लोड़ नहीं हैगी। मैं सारे इन्हां डॉक्टर्स नाल भी गल की है, होर इन्हां तो इलावा होर डॉक्टर्स नाल भी गल की है, वो कहते सैनिटाइजर कोई बाला जरूरी नहीं है, ये ध्यान रखना। चंगे हैंडवॉश तुहाडे कोल होने चाहिए है, वो जरूरी है। हाथ धो के खाना खाया करो, हाथ वार बार धोया करो जिन्नी वारी धो सकते हो। एक होर जिहड़ा मास्क है, वो मास्क तुहाडे सारिआं लई जरूरी नहीं हैगा। हर एक दी खांसी तो डरन की जरूरत नहीं हैगी, पर सावधानी वरतनी जरूरी हैगी है। करोना वायरस की ठप की अप हजे स्थिति है जिहड़ी वो कंट्रोल विच हैगी है। जो आउट ऑफ कंट्रोल हो जाएगी फिर डिबेट करांगे, पर आउट ऑफ कंट्रोल उदों ही होगी जो साड़ी पॉलिटिकल विल है जिहड़ी वो चाहेगी कि आउट ऑफ कंट्रोल होवे, ते बाकी मुद्दे पासे हो जाए। बहुत धन्यवाद।